ਮਾ ਸਾਰਾ ਧਾਗੇ ਭਾਈ ਡਲੇ 1 ਕਿਲੋਮੀਟਰ ਅੱਗੇ ਭੈ ਜਿੰਦਾ ਹੁੰਦਾ ਪੂਰੇ ਗਰੂਤੇ ਅੱਛਾ ਅੱਛਾ ਇਤਨਾ ਵਹ ਰੇਸ਼ਟ ਕਰੇ ਫਿਰ ਉਹ ਇਤਨਾ ਜੜੇ ਤੀ ਮੈਂ ਬੈਠਿਆ ਤਾਂ ਉਹੜੇ ਤੀ ਪਹੁੰਚੁੰਦੇ ਫਿਰ ਅੱਗੇ 1 ਕਿਲੋਮੀਟਰ ਭੈ ਜੇਰਦਾ ਅੱਛਾ ਅੱਛਾ ਫਿਰ ਮਨ ਉਹੜੇ ਉਹ ਸਮੈਲ ਹੀ ਆ ਗਈ ਜੋ ਪਹਾੜੀ ਦੇ ਉੱਪਰ ਜੁਨਸੀ ਖਤਰਨਾਕ ਪਹਾੜੀ ਉਸਕੀ ਉਪਰੀ ਜੀਵ ਆਮਨੇ ਦੇਖਿਆ ਤਾਂ ਸਾਰਾ ਗਲ ਰਿਆਦਾ ਭਾਈ ਮਰੀ ਹੋਈ ਲਾਸ਼ ਤੀ ਸਾਰਾ ਗਲ ਰਿਆਦਾ ਸਿਰਫ ਇੱਕੜਾ ਦਿੱਖਦਾ ਉਸਕਾ ਅੱਛਾ ਅੱਛਾ ਉਹ ਦੇਖ ਕੇ ਫਿਰ ਹਮ जल्दी से रख ली थोड़ी तो कुतों से मेल ज्यादा थी फिर गीली से रख ली थोड़ी तो मैं भी घबरा गया था यार मैं सबसे पहले पहुंच गयाड़ा ओड़ा से मैं ली देख कोड़ा देख फिर मैं उल्टा बे जाए उनदरे अच्छा उसके बाद तो तुम आगे कौन निकली गई से भी 1 किलोमीटर वो देखना के बाद फिर नहीं निकले जंगल में तारे गए अपन अच्छा वो बोट जंगल में उतारे गए उस जंगल तल हो जा हम उतरे थे रात ने 1:30 बजे अच्छा रात ने 1:30 बजे उतरे थे उतर गए भाई रात ने देर में थक रहे थे उसमें बोट में ਦਿੱਖਿਆ ਨਹੀਂ ਉੜਸਾ ਵੀ ਜਗ੍ਹਾ ਦਿਖੀ ਅਗੇ ਫਰਸਾ ਹੈ ਇਸ ਪੇ ਲੋਟ ਜਿਆ ਉਤਲ ਕੇ ਨੂਟ ਕੇ ਦੇਖਿਆ ਤੰੜਾ ਹੋਇਆ ਉਹ ਕਬਰ ਕੇ ਉੱਪਰ ਲੋਟਰੀ ਦੇ ਭਾਈ ਅੱਛਾ ਕਬਰਿਸਤਾਨ ਵਿੱਚ ਜਾ ਤੈਰੇ ਹੋਏ ਭਾਈ ਹਮਨੇ ਨਹੀਂ ਟਕਰਿਆ ਮਰ ਤੇ ਪਿਛਲੇ ਨਹੀਂ ਟਕਰਿਆ ਬਾਕੀ ਮਾਫੀਆ ਕੁਝ ਨਹੀਂ ਕਹਿੰਦਾ ਭਾਈ ਮਾਫੀਆ ਕੇ ਲਈ ਇਤਨਾ ਕੁਝ ਨਹੀਂ ਕਹੂਗਾ ਨਹੀਂ ਮਾਫੀਆ ਕੇ ਕਰਗਾ ਐਨ ਕਾ ਇੱਕ ਵਾਰ ਪਿਸਟਲ ਲਗਾ ਕੇ ਨੂਗਾ ਸਾਰਾ ਸਮਾਨ ਕੱਢ ਦਿੱਤੋ ਬੈਸ ਹੂੰ ਉਹਨਾਂ ਕੇ ਗਲਬ ਕੋ ਐਸਬਾਜੀ ਕਰਗਾ ਜੀਬ ਛੇੜਖਾਨੀ ਕਰਾਂਗੇ ਮੈਂ ਅੱਛਾ ਨਹੀਂ ਤੁਮੇ ਕੁਝ ਨਹੀਂ ਕਹਿੰਦੇ ਉਹਨਾਂ ਸਮਾਨ ਤੇ ਮਤਲਬ ਹੈ ਨਾ ਥਰ ਤੇ ਮਤਲਬ ਕਿ ਕੋਣ ਹੋਦਾ ਹਮ ਕੀ ਹੋ ਕੁਝ ਨਹੀਂ ਹੈ ਅੱਛਾ ਉਹਨਾਂ ਜੋ ਸਮਾਨ ਲੈ ਰਹੇ ਉਸ ਤੇ ਮਤਲਬ ਆਰਾਮ ਤੇ ਇੰਟਰਵਿਊ ਕਰਾ ਕੁਝ ਨਹੀਂ ਹੋਗਾ ਕੁਝ ਨਹੀਂ ਕਿ ਵਰਾ 10 ਦਿਨ ਭੁੱਖੇ ਰਹਿਣਾ ਪੜ ਜਾਵਾਂ ਉਹਨਾਂ ਇਸਾ ਕੁਝ ਹੋਇਆ ਬਈ ਨਹੀਂ ਹੋਇਆ ਬਾਈ ਸਾ ਕੁਝ ਜੋ ਖਾ ਪੀ ਕੇ ਤੇ ਐਕਸਟਰਾ ਟੀਮ ਆ ਮਾਰੇ ਲਈ ਸੌਇਆ ਆਮ ਗਏ ਨਹੀਂ ਤੋ ਪਹਿਲੇ ਦਿਨੇ ਆਮਨੇ ਨੂੰ ਲੈ ਗਿਆ ਆ ਪਹੁੰਚ ਲੀ ਕੈਂਪ ਮੇ ਮਰੇ ਦੁਰ ਅਗੇ ਦ ਬੰਦੇ ਆਏ ਤੇ ਨੂੰ ਬੋਲੇ ਮੈਂ ਓਥੇ ਥੋੜੀ ਅਗੇ ਤਾਈ ਤੇ ਮਰ ਤਾ ਇੱਕ ਦਿਨ ਉਹ ਨਹਰਾ ਨਹੀਂ ਪਾਇਆ ਉਹਨੂੰ ਬੋਲੇ ਬਸ ਮਾਈ ਬਮ ਏਜੰਟ ਕੇ ਲਾਤ ਕਰ ਕਾ ਹਾਂ ਆਈਦੇ 2-3 ਘੰਟੇ ਘੁਰਾਗੜ੍ਹ ਪਾਕਿਸਤਾਨ ਐਸਾ ਕੁਝ ਬੋਲਿਆ ਨਾ ਭਾਈਆ ਪੰਨੀ ਬੋਲਿਆ ਆ ਆਪਣੇ ਵਾਲੇ ਪਰ ਲਾਈਟ ਲੰਦਦੇ ਹੁੰਦੇ ਅੱਛਾ ਉਹਨੂੰ ਕਹਾਦਾ ਉਲਟਾ ਕੰਮ ਉਹਨੇ ਇੱਕ ਵਾਰ ਨੂਬੇਰਾ ਲਾਈਜ ਇਮੀਗ੍ਰੇਸ਼ਨ ਨੇ ਵੀ ਦੂਰ ਤੱਕ ਗੁੰਠੇ ਲੱਗਦੇ ਚੱਲਣਾ ਭਾਈ ਅੱਛਾ ਪਰਮਿਸ਼ਨ ਆ ਵਾਂ ਗੁੰਠਾ ਲੱਗਿਆ 15 ਦਿਨ ਦੀ ਪਰਮਿਸ਼ਨ ਹੋ ਗਈ ਥਮ ਕੁਕਰੀ ਰੋ 15 ਦਿਨ ਇਸ ਦੇ ਇਸ ਮੈਂ ਅੱਛਾ ਅਰੁਣ ਮਗੇਲੀ ਗੇਲ ਕਾ ਡੰਗੂ ਠਾ ਲੱਗਿਆ ਗੇਲੀ ਚੱਲੋ ਭਾਈ ਥਮ ਇੱਕ ਜਗ੍ਹਾ ਨਹੀਂ ਰੁਕਣ ਦੇਂਦ ਨੰਨੇ ਪਾਕਿਸਤਾਨੀ ਆ ਨਾ ਬੜੇ ਮਾਰੇ ਬਾਲਗ ਬਤੇਰੇ ਤੇ ਜੋਰ ਪੱਥਰ ਬਦ ਪੈਰ ਤੀ ਸੜ ਗਿਆ ਮਦੂਜਗ ਲਾਨ ਕੇ ਰਾਮ ਰਾਮ ਤੋ ਭਾਈ ਵਿਦੇਸ਼ ਜਾਣ ਦਾ ਬਹੁਤ ਸਾਰੇ ਲੋਕਾਂ ਦਾ ਚਸਕਾ ਲੱਗ ਰਿਹਾ ਹੈ ਪਹਿਲਾਂ ਤੋ ਇਸ ਸਾਈਡ ਤੇ ਜਾਇ ਕਰਦੇ ਪਾਣੀਪਤ ਸੋਨੀਪਤ ਕੁਰਛੇਤਰ ਕਰਨਾਲ ਇਹ ਵੀ ਮਾਰਲੀ ਸੈੱਡ ਵੀ ਹੋ ਗਿਆ ਭਾਈ ਕੈਥਲ ਸੈੱਡ ਵੀ ਔਰ ਮੇਰਾ ਗਾਮ ਮਤੇ ਬਹੁਤ ਸਾਰੇ ਲੋਕ ਜਾਈ ਲਏ ਹੈ ਕੁਛ ਵਾਪਿਸ ਵੀ ਆ ਗਏ ਹੈ ਤੋ ਐਸੇ ਭਾਈ ਡੋਂਕੀ ਮੈਂ ਗਿਆ ਥਾ ਤੋ ਵਾਪਿਸ ਆ ਗਿਆ ਹੈ ਤੋ ਪੂਰੀ ਬਾਤ ਚਿਤ ਕਰਾਂਗੇ ਕਿ ਕੁਛ ਘਟਨਾ ਘਟੀ के के मुसीबतों का सामना करना पड़े तो पूरी बातचीत करा राम राम भाई राम राम भाई वी आई पी हरियाणा तृप्त राम राम मैं विशाल जागराम गाँव और भाई तो भाई कब गए थे घर तक और के सोच के गए थे और पहली बात तो मतलब डोंकी लगाने क्यों सोची भाई एक नंबर में क्यों नहीं गई भाई मैं गया था उन्तीस मार्च था 2019 में गया था दो हजार उन्नीस में पहले फ्लाइट थी मेरी तीन बजकर चालीस मिनट की दिल्ली त ਤੋ ਭਾਈ ਆਪਣੇ ਸਾਰੇ ਯਾਰ ਦੋਸਤ ਮਰਤ ਭਲਾ ਜਾਰੇ ਤੇ ਉਹਨੇ ਦੇਖਾ ਆਪਣਾ ਵੀ ਚਾਹ ਹੋ ਗਿਆ ਬਈ ਸਾਰੇ ਜਾ ਲਈ ਮੈਂ ਕਿਉਂ ਰਹਿ ਗਿਆ ਇਹ ਹੀ ਸੋਚ ਕੇ ਗਏ ਤੇ ਭਾਈ ਅੱਛਾ ਹਾਂ ਤੋ ਇਵਨਿਊ ਵੀ ਸੁਣੀ ਹੈ ਕੁਝ ਵਾਈ ਕਹਿ ਰਹੇ ਥੇ ਨੂੰ ਲੱਜ ਤਾ ਵਾਪਿਸ ਆ ਰਿਹਾ ਗੰਜਾ ਰਹਿਣ ਲੱਗ ਗਿਆ ਟੈਨਸ਼ਨ ਵਨ ਰਹੀ ਦਿਮਾਗ ਮੈਂ ਨਾ ਭਾਈ ਮਜ਼ਾਕ ਨਾ ਕਹਦਾ ਇਹ ਹੀ ਸਭ ਕੁਝ ਨਹੀਂ ਹੈ ਅੱਛਾ ਤੋ ਭਾਈ ਘਰ ਤੱਕ ਕੜਾ ਗਏ ਲਗਾਤਾਰ ਬਤਾ ਦਿਓ ਘਰ ਤੱਕ ਕਿਤਨੇ ਵਜੇ ਲਿਕੜੇ ਥੇ ਗਾਮ ਮੈਂ ਤਾਂ ਕੜਾ ਗਏ ਕੜਾ ਦਿੱਲੀ ਤਾਂ ਕੜਾ ਗਏ ਸਾਰੀ ਬਤਾ ਦਿਓ ਬਾਈ ਘਰ ਤੇ ਲਿਖ ਲਈ ਦੇ 11 ਵਜੇ ਚਾਲੇ ਦੇ ਘਰ ਤੇ ਲੈ ਸਾਰੇ ਭਗਵਾਨਨ ਨੂੰ ਮੰਦਾ ਲਿਆ ਜੋਤ ਬੱਤੀ ਠਹਿ ਗਏ ਹਾਂ ਗਾਮ ਕੇ ਸਾਰੇ ਮੰਦਰਾਂ ਨੂੰ ਜੋਤ ਜਾਤ ਲੈ ਗਏ 5:30 ਵਜੇ ਦੇ ਵਾ ਘਰ ਤੇ ਚੱਲ ਪੜੇ ਦੇ ਹਾਂ 3:40 ਕੀ ਥੀ ਫਲਾਈਟ ਹੂੰ ਬੈਠੇ ਭਾਈ 11 ਸਾਢੇ 11 ਪਹੁੰਚ ਲਈ ਦੇ ਬੋਰਡਿੰਗ ਬਾਰਡਿੰਗ ਲਈ ਦੇ ਨਾ ਫਲਾਈਟ ਕੇ ਟਾਈਮ ਤੇ ਆਪਾਂ ਵੇਟਿੰਗ ਹਾਲ ਮੇ ਬੈਠ ਲਈ ਦੇ ਅੱਛਾ ਫਲਾਈਟ ਕੜਾ ਤਾਂ ਥੀ ਫਲਾਈਟ ਦਿੱਲੀ ਤੇ ਦੀ ਭਾਈ ਦਿੱਲੀ ਤੇ ਕੜਾ ਕੀ ਫਲਾਈਟ ਸੀ ਦਿੱਲੀ ਤੇ ਇੱਕ ਜੋ ਡੋਂਕੀ ਕੀ ਮੇਨ 에ਅਰਲਾਈਨ ਹੈ ਵਾ ਹਾਈਥੋਪੀਅਨ 에ਅਰਲਾਈਨ ਅੱਛਾ ਸਭ ਉਸਮੇ ਜਾ ਲਗਭਗ ਅੱਛਾ ਉਸ ਸੇਮ ਗਈ ਤੇ ਭਾਈ ਆਪਣੀ ਵੀ ਉਸੇ ਦੀ ਟਿਕਟ ਸੀ ਦਿੱਲੀ ਕਿਤਨੇ ਦਿਨ ਰੁਕੇ ਦਿੱਲੀ ਤੱਕ ਗਾ ਜੜਾ ਗਏ ਹੋੜਾ ਕਿਤਨੇ ਦਿਨ ਰੁਕੇ ਭਾਈ ਆਪਾਂ ਦਿੱਲੀ ਆਪਾਂ ਨਹੀਂ ਇੱਕ ਦਿਨ ਵੀ ਲੱਗ ਗਿਆ ਇਹਾਂ ਦਾ ਜੀ ਦਿਨ ਦੀ ਟਿਕਟ ਸੀ ਉਸੇ ਦਿਨ ਗਏ ਥੇ ਅੱਛਾ ਔਰ ਭਾਈ ਅੱਗ ਜਾ ਕੇ ਉੜ ਗਏ ਤੇ ਹਮ ਇਥੋਪੀਆ ਹਮ ਇਥੋਪੀਆ ਮਾਰੀ ਸਟੇ ਥੀ 6 ਘੰਟੇ ਕੁਛ ਕੀ ਹਮ ਹਮ ਫਿਰ ਮਾਰੀ ਟਿਕਟ ਸੀ ਦਿੱਲੀ ਦਾ ਸਿੱਧੀ ਗੁਆਇਕਲ ਗਈ। ਅੱਛਾ ਗੁਆਇਕਲ ਦਾ ਭਾਈ ਉੜ ਗਏ ਰਾਮਾ ਪੇਰੂ ਜੈ ਕੇਜੈਂਟ ਨੂੰ ਬੋਲਿਆ ਅੱਗੇ ਉਹ ਕੋ ਨਹੀਂ ਭਾਈ ਐਂਟਰੀ ਕੋ ਨਹੀਂ। ਅੱਛਾ ਫਿਰ 에ਜੈਂਟ ਕਾ ਫੋਨ ਆਇਆ ਕਿ ਫਲਾਈਟ ਮਿਸ ਕਰਨੀ ਪੜੇਗੀ ਭਾਈ। ਅੱਛਾ ਅੱਛਾ। ਫਿਰ ਭਾਈ ਨੂੰ ਬੋਲਿਆ ਬਾਥਰੂਮ ਬੜਜੋ ਇਤਨਾ ਫਲਾਈਟ ਨਹੀਂ ਉਡਦੀ। ਅੱਛਾ ਅੱਛਾ। ਆਮਨੇ ਭਾਈ 4 ਘੰਟੇ ਬਾਥਰੂਮ ਰਹਿ ਜੀਵਾ ਫਲਾਈਟ ਮਿਸ ਹੋਈ। ਫਿਰ ਜਾ ਕੇ ਏਜੰਟ ਨੇ ਦੂਸਰੀ ਭੇਜੀ ਜੀਪ ਜਾ ਕੇ ਫਿਰ ਅਸੀਂ ਇੱਕ ਵਾਰ ਡੋਰ ਉਤਰੇ ਸੀ ਭਾਈ اچھا ਹਾਂ ਇੱਕ ਵਾਰ ਡੋਰ ਤੇ ਫਿਰ ਮਾਰੋ ਪੈਦਲ ਕਾ ਸਫਰ ਚੱਲੂ ਹੈ ਭਾਈ اچھا ਇੱਕ ਡੋਂਕਰ ਕੇ ਕਿਤਨੇ ਆਦਮੀ تھے ગામ ਮੈਂ ਤਾਂ ਇਕੱਲੇ ਗਏ تھے ਹੋਰ ਵੀ ਸਾਥਾ ਹਰਿਆਣਾ ਦੇ ਕਿਤਨੇ تھے ਪੰਜਾਬ ਦੇ ਕਿਤਨੇ تھے ਔਰ ਹੋਰ ਦੇਸਾਂ ਦੇ ਕਿਤਨੇ تھے ਭਾਈ ਜੀਪ ਤਿੰਨ ਤੋਂ ਦੋ ਇਤਨਾ ਫਲਾਈਟ ਮੈਂ ਚੱਲਾ ਇਤਨਾ ਤੋਂ ਇੱਕ ਇੱਕ ਤੋਂ ਦੋ ਹੀ ਚੱਲਦਾ ਹੈ اچھا ਅੱਗੇ ਜਾ ਕੇ ਅਸੀਂ ਕੋਲੰਬੀਆ ਘੱਟੇ ਹੋਏ ਤੇ ਇੱਕ ਮੇਰੇ ગામ ਕਾਇਆ ਗਿਆ ਤਾਂ ਔਰ ਫਿਰ ਆ ਮੁੜ ਹੋ ਗਏ ਤੇ ਬਾਈ 16 ਜਣੇ ਹੋ ਗਏ ਤੇ ਆਪਣੇ ਹਰਿਆਣੇ ਹਰਿਆਣੇ ਕੀ ਅੱਛਾ ਫਿਰ ਹਮ ਗਏ ਔਰ ਅੱਗ ਜਾ ਕੇ ਕੋਲੰਬੀਆ ਤੇ ਚੱਲੇ ਹਮ ਜੰਗਲ ਕੀ ਔਰ ਤਰਫ ਨੇ ਜੀਵਾ ਮੋ ਗਏ ਤੇ 26 ਜਣੇ ਅੱਛਾ ਜਿਸ ਮੇ ਪੰਜ ਪੰਜਾਬੀ ਆ ਗਏ ਤੇ ਜੋ ਆਪਣਾ ਗਾਮ ਕਾ ਗਏ ਹੋ ਆਪਣਾ ਤਾਂ ਮਤਲਬ ਪਹਿਲੇ ਡੋਂਕੀ ਮੇ ਜਾ ਲਿਆ ਤੇ ਇਕੱਠੇ ਗਏ ਤੇ ਕਰਤੇ

ਇਕਵਾਡੋਰ ਤੋਂ ਬਈ ਅਸੀਂ ਬੱਸ ਚੱਲੀ 13.5 ਘੰਟੇ ਹੂੰ कुलंबे बॉर्डर के पास खड़ी हो गया अच्छा फिर 10 मिनट चले हम टैक्सी में और बॉर्डर क्रॉस हो गया टैक्सी में अच्छा आप अपने या जो बस में बैठे थे कि अपना हरियाणा रोड पे जो ब, 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 बर्गी बस थी या अलग थी उनदा नहीं भाई ये जो बड़ी बसों है दो मंजली ही वो बस थी भाई पूरी वाईफाई टीवी सब सुविधा थी उसमें अच्छा हां ये बस का मामला नहीं यार अच्छा मतलब जब घर तक गए थे कितनी खुशी थी और कितने लाख रुपए देके गए थे भाई घर तक ਬਾਈ ਉਸ ਟਾਈਮ ਰੇਟ ਬਹੁਤ ਮੰਦਾ ਦਾ ਉਸ ਟਾਈਮ ਆਪਣੀ ਹੋਈ ਦੀ 1350 ਮੇ ਬਾਤ ਹੋਈ ਥੀ ਫਿਰ 50 ਏਜੰਟ ਨੇ ਜੀ ਪੇਮੈਂਟ ਲੈਣ ਦੇਣਾ ਛੋੜੀ ਦੇ 13 ਮੰਗੇ ਥੇ ਬਾਈ ਅੱਛਾ ਕੁਸੀ ਇਤਨੀ ਦੀ ਵਾਜੀਬ ਸਾਰੇ ਜੈ ਲੀਲੇ ਬਾਈ ਹਮ ਵੀ ਜੈ ਕੋਨ ਮਰਲ ਜਾਂਗੇ ਖੁਸ਼ੀ ਬਹੁਤ ਥੀ ਬਾਈ ਸਰ ਅੱਛਾ ਜੀ ਅੱਗਾ ਤਾਂ ਜੋ ਸਦੇਸ਼ ਮੇ ਬਿੱਗੇ ਥੇ ਜੰਗਲ ਘਟਤਾ ਸਰੂ ਉੜਤ ਪੂਰੀ ਕਹਾਣੀ ਸਰੂ ਕਰਾਂਗੇ ਕਿ ਕਿ ਘਟਨਾ ਘਟਾ ਹੈ ਰਸਤਾ ਮੇ ਬਾਈ ਕੋਲੰਬੀਆ ਮੇ ਹੈ ਕੋਲੰਬੀਆ ਮੇ ਅਮ ਟਰਬੋਦ ਬੈਠੇ ਟਰਬੋਦ ਹੋਇਆ ਰ ਬੋਟ ਕਾ ਸਫਰ ਰਬੋਤ ਹੈ ਬੋਡ ਕੀ ਟਿਕਟ ਹੋ ਜਾ ਹੈ ਅਗਰ ਪਾਸਪੋਰਟ ਹੈ ਜੁਨਸੀ ਬਾਈ ਕੇ ਪਾਸ ਉਸ ਕੀ ਉਹ ਇਮੀਗ੍ਰੇਸ਼ਨ ਹੋ ਗਿਆ ਸਰਕਾਰੀ ਬੋਟ ਕੀ ਹੋ ਜਾ ਟਿਕਟ ਅਗਰ ਨਹੀਂ ਹੈ ਤਾਂ ਫਿਰ ਉਹਨੇ ਪ੍ਰਾਈਵੇਟ ਮੈਂ ਜਾਇਆ ਪ੍ਰਾਈਵੇਟ ਮੈਂ ਲਗ ਚ 4-5 ਘੰਟੇ ਸਰਕਾਰੀ ਮੈਂ ਲੱਗ ਗਿਆ ਸਾਰਾ ਡੇਡ ਦੋ ਘੰਟਾ ਅੱਛਾ ਹਾਂ ਫਿਰ ਉਸ ਮੈਂ ਬਹੁਤ ਦਿੱਕਤਾਂ ਪ੍ਰਾਈਵੇਟ ਮੈਂ ਇਹ ਮਾਰੇ ਗਲਤੀ ਭਾਈ ਆਮ ਪ੍ਰਾਈਵੇਟ ਮੈਂ ਮਰਤਨੂ ਕੋ ਜਾਤਾ ਅੱਧਾ ਘੰਟਾ ਚੱਲ ਗਿਆ ਫਿਰ ਬਡੀ ਬੋਟ ਆਊਗੀ अच्छा हमने करते में मिल मिल गया ये मिल गया, ये आग मिल गया था था ये फ्लाइट में तो तो एयरपोर्ट है अच्छा। दूर है दूर फोटो दिखाऊंगे ले, जेंगे, ले, जेंगे। फिर है, ले आ रहा है जो गरीब खींच के इसकेशन पर अगली फोटो होना चाहिए इस बात की सावधान करा हमने ਮਤਲਬ ਕੋਈ ਇਸ਼ਾ ਵੀ ਥਾ ਭਾਈ ਜੋ ਖੁਦ ਕਾ ਆਪਣਾ ਦਮ ਪੇ ਚੱਲ ਰਹਾ ਮੇਰਾ ਗਾਮ ਕਾ ਕੋ ਇੰਟਰਵਿਊ ਕਰ ਰਹਾ ਥਾ ਉਹਨੇ ਬੋਲਾ ਥਾ ਭਾਈ ਇਹ ਇੱਕ ਆਦਮੀ ਮਰਮੇ ਇਸ਼ਾ ਥਾ ਉਹ ਖੁਦ ਕਾ ਦਮ ਪੇ ਚੱਲ ਰਹਾ ਥਾ ਕਿਸੇ ਏਜੰਟ ਗਲਾ ਉਸ ਕਾ ਕੋਈ ਸੰਬੰਧ ਨਹੀਂ ਥਾ ਸਿੱਧੇ ਡੋਂਕਰ ਤੇ ਬਾਤ ਕਰ ਰਹਾ ਥਾ ਨਾ ਭਾਈ ਹਾਂ ਇਸ਼ੇ ਚੱਲ ਰਹੇ ਹਨ ਮਾਰੇ ਟੀਮ ਮੇ ਵੀ ਅਮਨੇ ਪਿੱਛੇ ਸੁਨੇ ਦੇਖ ਮਰ ਤੇ ਪਿੱਛੇ ਚੱਲ ਲੇ ਇਸ਼ਾ ਕੋ ਫਿਰ ਮਾਰੇ ਸਾਥ ਕੋਈ ਨਹੀਂ ਥਾ ਭਾਈ ਸਾ ਅੱਛਾ ਜੋ ਡੋਂਕਰ ਥਾ ਉਹ ਕੌਣ ਸਾ ਦੇਸ਼ ਕਾ ਥਾ ਕੌਣ ਸੀ ਭਾਸ਼ਾ ਬੋਲੇ ਕਰਦਾ ਡੋਂਕਰ ਭਾਈ ਆਪਣਾ ਮੈਕਸੀ ਚੱਲਿਆ ਦੂਰ ਤੀ ਸ ਆਪਣਾ ਸਾਇਦ ਪੇਵੀ ਸਾਇਡ ਕਾ ਹੀ ਸੁਣੀ ਹੈ ਹਮਨੇ ਤੋਂ ਹਿੰਦੀ ਬੋਲ ਰਹਾ ਹੈ ਪੰਜਾਬੀ ਬੋਲ ਰਹਾ ਹੈ ਅੱਛਾ ਹਾਂ ਮਤਲਬ ਜੋ ਸਾ ਦੇਸ਼ ਮੇ ਜਾਵਾ ਅਲਗ ਅਲਗ ਡੋਂਕਰ ਕੋ ਨਹੀਂ ਮਿਲਦੇ ਨਹੀਂ ਜੋ ਮੇਨ ਕੰਟਰੋਲ ਉਹ ਹੀ ਹੈ ਅੱਛਾ ਬਾਕੀ ਆ ਕੀ ਸਪੈਨਿਸ਼ ਲੈਂਗੁਏਜ ਹੈ ਉਹਨ ਤਾਂ ਹਮਨੇ ਕੁਝ ਨਹੀਂ ਨਾ ਅਗਰ ਕੋਈ ਦਿੱਕਤ ਹੋਵੇ ਹੈ ਉਸ ਦਰ ਫੋਨ ਕਰੋ ਜੋ ਸਾ ਡੋਂਕਰ ਦੋ ਰਖੜਾ ਹੋ ਆਪੂ ਕਰਗਾ ਬਾਤ ਉਸਕੇ ਗਿਲਾ ਉਨਕੀ ਲੈਂਗੁਏਜ ਮੇ ਤੋ ਘਰ ਆਤਾ ਹੈ ਅਰਜੰਗਲ ਲੱਕਾ ਸਫਰ ਕਿਤਨੇ ਦਿਨ ਮੈਂ ਤੈਅ ਕਰਿਆ ਬਈ ਹਮ ਪਹੁੰਚ ਗਏ ਤੇ 1 ਮਹੀਨਾ 10-12 ਦਿਨ ਮੈਂ ਮੈਕਸੀਕੋ ਪਹੁੰਚ ਗਈ ਥੀ ਅੱਛਾ ਹਾਂ ਮੈਕਸੀਕੋ ਤਾਂ ਪਹਿਲਾਂ ਵੀ ਜੰਗਲ ਆਵਾ ਹੈ ਜਾਂ ਉਸਕੇ ਬਾਅਦ ਦੇ ਆ ਜੰਗਲ ਆਵਾ ਹੈ ਕੋਲੰਬੀਆ ਕੇ ਬਾਅਦ ਆ ਪਟਰ ਬੋ ਬਤਾਉ ਤਾਂ ਮੈਂ ਬੋਟ ਹੈ ਉਹ ਬੋਟ ਜੰਗਲ ਮੇ ਤਾਰੇਗੀ ਭਈ ਆਪਨ ਅੱਛਾ ਉਹ ਬੋਟ ਜੰਗਲ ਮੇ ਤਾਰੇਗੀ ਉਸ ਤੇ ਜੰਗਲ ਚਾਲੂ ਹੋ ਜਾ ਹਮ ਉਤਰੇ ਤੇ ਰਾਤ ਨੇ 1:30 ਵਜੇ ਅੱਛਾ ਰਾਤ ਨੇ 1:30 ਵਜੇ ਉਤਰੇ ਤੇ ਉਤਰ ਗਏ ਭਾਈ ਰਾਤ ਨੇ ਦੇਰੇ ਥੱਕ ਰਹੇ ਤੇ ਉਸਮੇ ਬੋਟ ਮੇ ਉਹ ਦੇਖਿਆ ਨਹੀਂ ਉਹ ਸਾਫ ਹੀ ਜਗ੍ਹਾ ਦਿਖੀ ਅਗੇ ਫਰਸਾ ਹੈ ਇਸ ਪੇ ਲੋਟ ਜਾ ਉਤਰ ਕੇ ਨੂੰ ਉੱਠ ਕੇ ਦੇਖਿਆ ਚੰਦੜਾ ਹੋਇਆ ਉਹ ਕਬਰ ਕੇ ਉੱਪਰ ਲੋਟਰੀ ਦੇ ਭਾਈ ਅੱਛਾ ਕਬਰਿਸਤਾਨ ਵਿੱਚ ਜਾ ਤੈਰੇ ਭਾਈ ਅੱਛਾ ਹਾਂ ਬਈ ਜੰਗਲਾਂ ਮੈਂ ਕਿ ਕਿ ਦਿੱਕਤ ਹੋਈ ਕਿਸੇ ਔੜਾ ਪੇੜ ਪੌਦੇ ਥੇ ਜਾਂ ਕੋਈ ਜਾਨਵਰ ਜੁਨਵਰ ਵੀ ਆਪਾਂ ਨਾਲ ਟਕਰਿਆ ਭਾਈ ਪੇੜ ਪੌਦੇ ਤੋਂ ਭਾਈ ਉਹਨਾਂ ਦੀ ਨਸਲ ਨਸਲ ਦਾ ਤਾਂ ਬੇਰਾਂ ਨੂੰ ਤੇ ਜੰਗਲ ਮੈਂ ਆਪਣੀ ਬਸ ਰਸਤਾ ਹੀ ਛਾ ਹੈ ਜੋ ਆਪਣੀ ਖੇਤ ਕੀ ਗੋਰੀ ਹੋ ਜਨੀ ਅੱਛਾ ਇਸੀ ਗੋਰੀ ਥੀ ਕਈ ਜੰਗਲ ਦਲਦਲ ਵੀ ਆਵਾ ਹੈ ਆਪਣੀ ਸੇਫਟੀ ਖਾਤਰ ਹੈ जोर अपने फरस वाले जूते हो जे बडे जूते दे अपनी फैसिलिटी खातर फिर मिन कोई छोटा मोटा कीड़ा मकोड़ा हुआ है वो लड़ा है अच्छा। उनकी ठीक है प्रबंध सारे करके देंगे लाइट रात दैतने चलोगे तो पूरी वा ਬਿਲਡਿੰਗ ਬਣਾਉਣ ਵਾਲੇ ਕਿ ਉਹ ਲਾਈਟ ਹੈ ਮੱਥੇ ਮੁੰਦੇ ਰਵਾਦੀ ਮਾ ਪੂਰੀ ਅੱਛਾ ਉਹ ਉੱਤੇ ਦੇਵਾ ਜੁਨਸਾ ਬਣਾਏ ਮੈਂ ਸਣੇ ਡੈਕਟਰ ਪਾਰੇ ਕਰਾ ਹਾਂ ਹਾਂ ਉਵੇਂ ਹੀ ਦੀਵਾ ਭਾਈ ਅੱਛਾ ਉਹ ਜੁਤੇ ਜੁਗਰੋਂ ਬਾਹਰੀ ਹੋ ਜਾ ਭਾਈ ਦਿੱਕਤ ਨਹੀਂ ਆਂਦੀ ਰਸਤਾ ਮੈਂ ਪੈਰੇ ਚੱਲਣ ਜੁਗਰਾ ਪਾਰੇ ਦੂਰ ਜਾਵਾਂ ਨੀਲਗੰਠ ਪਾ ਚੜ੍ਹਦੇ ਨੇ ਖਵਾ ਪਹਾੜ ਜਦ ਜਦ ਵੀ ਬੁਰਾ ਹਮਾਨਣ ਲੱਗ ਜਾ ਯਾਰ ਨਿਉਨ ਨਿਉਨੇ ਕਰ ਲੈ ਨਾ ਕਰ ਲੈ ਈਸੀ ਦਿੱਕਤ ਆਈ ਭਾਈ ਕੁਛ ਭਾਈ ਉਹ ਆਦਨ ਕੀ ਤੋਂ ਕੋਈ ਵਾ ਨਹੀਂ ਰਹਿੰਦੀ ਕਿਉਂਕਿ ਆਪਨੇ ਆਪਣੇ ਸਰੀਰ ਖਿੱਚਣੇ ਮੁਸ਼ਕਲ ਹੋ ਜਾਂ ਹੈ ਇਹ ਤਾਂ ਛੋਟੀ ਚੜ੍ਹਿਆਈ ਉਹ ਤਾਂ ਖੜੀ ਚੜ੍ਹਿਆਈ ਹੈ ਭਾਈ अच्छा 8-9 घंटे जमा लगातार चलेनी 1-2 मिनट का रेस्ट 1-2 मिनट का रेस्ट इसी चिड़ियाई है भाई देखो अपना ये पेड़ है अमरूद के हो गए जैमण के हो गए आम के हो गए इसे पेड़ भी देखने मिले बस जंगल में ना भाई फल फर फ्रूट वाले खान पीने का ऐसा कुछ हो ही सको ही पेड़ नहीं थोड़े कुछ ही जानवर हो भाई जोकर अपना शेर चीते या सांप बिहोड़ा अलग प्रकार के मिला अपना द भाई आपा नहीं सा कुछ नहीं मिले बाकी जो अपने पिछले ग्रुप वाले थे ओड़ा एक सरदार भाई को था नुदा हमने देखा चीता रहते पानी पींदा अच्छा हां ਜਦੋਂ ਫਿਰ ਤੁਮਨੇ ਦੇਖਿਆ ਤਾਰਾ ਗੱਲ ਲੇਤਾ ਜਦੋਂ ਨਹੀਂ ਆਮ ਨਹੀਂ ਦਿਖਿਆ ਭਾਈ ਉਹਨੇ ਦਿਖਿਆ ਉਹ ਮਤਲਬ ਇਹ ਲੋਗ ਫੋ ਵੀ ਫਲਾਵਾ ਭਾਈ ਡਰਾਣ ਕੇ ਮੇਰੇ ਤੱਕ ਆਗਾ ਮਤਲਬ ਉਰਨਾ ਵੈ ਇਸ਼ਾ ਕੁਛ ਵੀ ਲੱਗ ਗਿਆ ਆਪਣੇ ਆਫਵਾ ਬੰਰੀ ਚੱਲੀ ਮਨੇ ਕਹੀਂ ਭਈਆ ਇੰਟਰਵਿਊ ਦੇਖ ਲਿਆ ਨੂੰ ਆ ਮੀਤ ਨੇ ਤੇ ਨੂੰ ਤੇ ਨੂੰ ਤੇ ਉਹ ਭਾਈ ਕਹੀਂ ਤੋਂ ਮੇਰੇ ਗੇ ਲਾਈ ਦੇ अच्छा जितनी अफवाह फैला रहे की सब कुछ नहीं है अच्छा कुछ साइड का एक भाई इंटरव्यू कराया था उसका काफी वायरल रहा था वो भी सुनिए आप गल्ले था और उसने मतलब कुछ कुछ इसी इसी बात है बताई मैं सच्चाई है या नहीं भाई कुछ थी फिर कुछ नहीं थी भाई मैंने भी उस बात का बहुत दुख आया अपने भाई जान लग रहे है कुछ नहीं और कुछ कामयाब हो रहे हैं फिर उसमें कुछ ज्यादा ही डर रहे थे भाई अच्छा हां मतलब जो माफिया हुआ है क्या अपना माफिया टक रहे है जंगल में ਬਈ ਆਮਨੇ ਨੀਤੋ ਕਿਰੇ ਮਾਰ ਤਾ ਪਿਛਲੇ ਨੀਤੋ ਕਿਰੇ ਬਾਕੀ ਮਾਫੀਆ ਕੁਝ ਨਹੀਂ ਕੰਦਾ ਭਾਈ ਮਾਫੀਆ ਗੇ ਲਈ ਇਤਨਾ ਕੁਝ ਨਹੀਂ ਕੋ ਗਨੀ ਮਾਫੀਆ ਕੀ ਕਰਗਾ ਐਂਡ ਗਾ ਇੱਕ ਵਾਰ ਪਿਸਟਲ ਲਗਾ ਕੇ ਨੂਆ ਸਾਰਾ ਸਮਾਨ ਕੈਟ ਦਿਓ ਬੈਸ ਹੂੰ ਉਹਨਾਂ ਕੋ ਗੇ ਬਕਵਾਸ ਬਾਜੀ ਕਰਵਾ ਜੀਬ ਛੇੜਖਾ ਨਹੀਂ ਕਰਾਂਗੇ ਮੈਂ ਅੱਛਾ ਨੀਤ ਮੇ ਕੁਝ ਨਹੀਂ ਕੰਦੇ ਉਹਨਾਂ ਸਮਾਨ ਤਾਂ ਮਤਲਬ ਐਨਾ ਤਾਂ ਮਤਲਬ ਕਿ ਕੋਣ ਹੋਦਾ ਅਮ ਕੀ ਹੋ ਕੁਝ ਨਹੀਂ ਹੈ ਅੱਛਾ ਉਹਨਾਂ ਜੋ ਸਮਾਨ ਲੈ ਰਹੇ ਉਸ ਤੋਂ ਮਤਲਬ ਆਰਾਮ ਤੇ ਦੇ ਦਿਓ ਅੱਛਾ ਜੇ ਜੰਗਲ ਮੈਂ ਸ਼ੁਰੂ ਕਰ ਦਿਆ ਥਾ ਆਪਣੇ ਪੈਦਲ ਚੱਲਣਾ ਕਿੱਕ ਕੇ ਥਾ ਬੈਗ ਮੈਂ ਕਿੱਕ ਕੇ ਦਾ ਖਾਣ ਪੀਣ ਦਾ ਕਿੱਕ ਕੇ ਦਾ ਕ ਭਾਈ ਥੀ ਤੋਂ ਠੀਕ ਹੀ ਥੀ ਮਨਸੂਨ ਜੱਡਾ ਚਾਲੂ ਹੋਣ ਹੋ ਰਿਹਾ ਦਾ ਤਾਂ ਫਿਰ ਉਸ ਮੈਂ ਬੈਗ ਮੈਂ ਤੇ ਦੋ ਲੋਰ ਟੀ-ਸ਼ਰਟ ਤੇ ਇੱਕ ਲੋਰ ਟੀ-ਸ਼ਰਟ ਪਹਿਨ ਰਿਹਾ ਦਾ ਮੈਂ ਅੱਛਾ ਇੱਕ ਅੱਛਾ ਬਲੀ ਆਂਦਾ ਭਾਈ ਉਸਮੇ ਹਾਂ ਫਿਰ ਆਮ ਚੱਲੇ ਤੇ ਉਸ ਟਾਈਮ ਡੋਂਕਰ ਨੇ ਜਿਹਦੇ ਤਿੰਨ ਪੈਕੇਟ ਪੂਰੇ ਲੰਬੇ ਲੰਬੇ ਬਿਸਕੁਟਾ ਕੇ ਹਾਂ ਐਨਰਜੀ ਡਰਿੰਕ ਥੀ ਹੈ ਰੈਡ ਇਹ ਨਾ ਹੋਇਆ ਜੋ ਰੈਡ ਬੁਲੀਆਂ ਹਾਂ ਇਹ ਥੀ ਭਾਈ ਅੱਛਾ ਕੁਛ ਭਾਈਆਂ ਦਾ ਮੈਂ ਇੰਟਰਵਿਊ ਕਰਾ ਕੁਛ ਨਹੀਂ ਕਾ ਕੁਛ ਨਹੀਂ ਕਿ ਬਰਾ 10 ਦਿਨ ਭੁੱਖੇ ਰਹਿਣਾ ਪੜ ਜਾਵਾਂ ਉਹ ਨਹੀਂ ਸਾ ਕੁਛ ਹੋਇਆ ਭਾਈ ਨਹੀਂ ਹੋਇਆ ਬਾਈ ਸਾਖੂ ਜੋ ਖਾ ਪੀ ਗਏ ਤੇ ਐਕਸਟਰਾ ਟੀਮ ਮਾਰ ਗੇ ਲਈ ਸੋਇਆ ਆਮ ਗਏ ਨਹੀਂ ਤੋ ਪਹਿਲੇ ਦਿਨੇ ਆਮਨ ਨੂੰ ਲੈ ਗਿਆ ਆ ਪਹੁੰਚ ਲੀ ਕੈਂਪ ਮੇ ਮਰੇ ਦੋਰ ਅਗੇ ਤੋਂ ਬੰਦੇ ਆਏ ਤੇ ਨੂੰ ਬੋਲੇ ਮੈਂ ਕਿ ਉਹ ਥੋੜੀ ਅਗੇ ਤਾਈ ਤੇ ਮਰ ਤੈਕ ਦਿਨ ਉਹ ਨਹਰਾ ਨਹੀਂ ਪਾਇਆ ਉਹਨੂੰ ਬੋਲੇ ਬਸ ਮੈਂ ਹੀ ਬਮ ਏਜੰਟ ਕੇ ਲਾਤ ਕਰ ਕਾ ਹਾਂ ਆਈੜੇ ਤੋਂ 2-3 ਘੰਟੇ ਕੋਰਾ ਗਰ ਰਸਤਾ ਹੈ ਅੱਛਾ ਆਮ ਨੂੰ ਚੱਕਰ ਮੈਂ ਗਨਖਰਾਸ਼ ਮਨ ਬਗਾਇ ਦਿਆ ਲੇਕਿਨ ਬੋਝ ਵੀ ਕਿ ਉਮਰੇ ਜਿਬ ਤੱਕ ਨਹੀਂ ਪਹੁੰਚ ਜਾਂਗੇ ਉੜੇ तो उस चक्कर में हमने सामान बगा दिया भाई हम भी दो दिन भूखे मरे थे अच्छा डोंकरो है जो की सा व्यवहार करा अपना गला कुछ भी न्यू भी कवा है आगे करंट की राड सी रखा है और वह रुकदे मारे है ना भाई मरगेले सा कुछ नहीं हुआ करंट सी राड ने कुछ मारेगेल डोंकर भी रह है कोई जंगल में भाई अच्छा मारेगेल सिर्फ डायरेक्शन दिखा दे अगर तक यूरा है तो ऊ समझा दे अगरदा उसकी लाइन में तो समझ में नहीं आती हम्म तो आद के लिए समझा दिया करदा थोड़ा बोझ उन से भाई के पल्ले पड़या करदा और आगे के चल पड़े यार बस बाकी मारे के लिए सब कुछ नहीं आ के कुछ मार पीटा ऐसा कुछ नहीं था भाई अच्छा जो जंगल में क्रॉस करे आपने कौन सा कौन सा देश के शामिल हो गए थे भाई उसमें थे हम पांच देश के करीब हो गए थे हम ये दे भाई अफ्रीका के थे नेपाल के थे बांग्लादेश के थे अपने के और भाई एक और थे किस के थे ओदियांनिया रहे नाम ਦੇ ਅੰਨੀਰਾ ਬਈਸ ਪਾਕਿਸਤਾਨੀ ਕੋਨ تھا ਬਈ ਕੋਈ ਬੈਠਾ ਬਈ ਪਾਕਿਸਤਾਨੀ ਪਿਛਲੇ ਗਰੁੱਪ ਮੇਂ ਥਾ ਅੱਛਾ ਉਹਨਾਂ ਕੀ ਬਤਿਆਰੀ ਸੁਣੀ ਵੀ ਭਾਏ ਉਹਨਾਂ ਦੀ ਮਨ ਨੇ ਅੱਛਾ ਮਤਲਬ ਜੁਗਰ ਆਪਣਾ ਪਾਕਿਸਤਾਨ ਗਲਾ ਸਰਵੇ ਤਾਂ ਬੈਰ ਹੈ ਕਿ ਐਮ ਲੈ ਲਿਓ ਮੈਚ ਮੈਂ ਲੈ ਲਿਓ ਜਾਂ ਆਪਣਾ ਬਾਰਡਰਾਂ ਪਰ ਲੈ ਲਿਓ ਤੇ ਇਸਾ ਕੁਝ ਮਤਲਬ ਆਪਣਾ ਹਰਿਆਣਾ ਵਾਲਾ ਤਾਂ ਮੈਂ ਜੂ ਤੁੰਦ ਗਿਆ ਦੋਸ ਸਾਲੇ ਪਾਕਿਸਤਾਨ ਇਸਾ ਕੁਝ ਬੋਲਿਆ ਨਾ ਭਾਈ ਆਪਾਂ ਨਹੀਂ ਬੋਲਿਆ ਆਪ ਆਪਣੇ ਵਾਲੇ ਪਹਿਲਾਂ ਹੀ ਟਲ ਜਾਂਦੇ ਹੁੰਦੇ ਅੱਛਾ ਉਹਨਾਂ ਕਹਦਾ ਉਲਟਾ ਕੰਮ ਉਹਨਾਂ ਇੱਕ ਵਾਰ ਨੂੰ ਬੇਰਾ ਲੈ ਜੇ ਇਮੀਗ੍ਰੇਸ਼ਨ ਨੇ ਵੀ ਦੂਰ ਤੱਕ ਅੰਗੂਠੇ ਲੱਗਦੇ ਚੱਲਣਾ ਭਾਈ ਅੱਛਾ ਪਰਮਿਸ਼ਨ ਆ ਅੰਗੂਠਾ ਲੈ ਗਿਆ 15 ਦਿਨ ਕੀ ਪਰਮਿਸ਼ਨ ਹੋ ਗਈ ਥਮ ਕੁਕਰੀ ਰੋ 15 ਦਿਨ ਇਸ ਦੇਸ਼ ਮੇ ਅੱਛਾ ਅਰੁਣ ਨੂੰ ਗੇਲੀ ਗੇਲ ਕਾ ਡੰਗੂਠਾ ਲੈ ਗਿਆ ਗੇਲੀ ਚੱਲੋ ਭਾਈ ਥਮ ਇੱਕ ਜਗ੍ਹਾ ਨਹੀਂ ਰੁਕਣ ਦੇ ਉਨੇ ਪਾਕਿਸਤਾਨੀ ਆਣੇ ਹਾਂ ਤਾਂ ਇਹ ਉਸ ਦਾ ਖੋਪਾ ਹੀ ਹੋ ਗਿਆ ਪਾਕਿਸਤਾਨ ਦਾ ਅੱਛਾ ਫਿਰ ਉਹਨੇ ਗੇਲੀ ਗੇਲ ਕੱਡੂ ਜਾਵਾ ਉਹ ਇਸ ਕੇ ਮੇ ਕੋਈ ਸਾਨੂੰ ਲੱਗਦਾ ਕਦੀ ਮਾਰਾ ਬੀਨ ਕੇ ਗੇਲਾ ਆਜਰਮਾਡ ਅੱਛਾ ਯੂ ਕੰਮ ਤਾਂ ਮਤਲਬ ਆਪਣਾ ਭੈਮਾਨੋ ਤੇ ਪਾਕਿਸਤਾਨੀਆਂ ਤਾਂ ਭਾਈ ਕੇ ਵਰਾਇਆ ਕੀ ਕਰਦੇ ਹੱਬਾ ਪਾਕਿਸਤਾਨੀਆਂ ਕਹਤ ਨੇ ਇਮੀਗ੍ਰੇਸ਼ਨ ਕਰਦਾ ਭਾਈ ਅੱਛਾ ਅੱਛਾ ਹਾਂ ਕਦੀ ਆਪਣਾ ਇੰਡੀਆ ਮੈਂ ਤਾਂ ਕੌਣ ਕੌਣ ਜਗ੍ਹਾ ਤੇ ਤੇਰੀਆਣਾ ਪੰਜਾਬ ਰਾਜਸਥਾਨ ਔਰ ਕੜਕੜਾ ਦੇ ਮਾਰੇ ਭਾਈ ਆਂ ਹਰਿਆਣਾ ਪੰਜਾਬ ਔਰ ਗੁਜਰਾਤ ਕੀ ਥੀ ਹਮ ਜਿਤਨੇ ਥੀ ਮਾਰੇ ਗਰੁੱਪ ਮੇ ਆਪਣੇ ਲੋਕਲ ਯੂਜ਼ ਬੋਲਣ ਵਾਲੇ ਸੀ ਜੋ ਭਾਈ ਇੱਕ ਭਾਈ ਕਹਵਾ ਥਾ ਅਗ ਭਾਈ ਆਪਣਾ ਹਰਿਆਣਾ ਔਰ ਪੰਜਾਬ ਮੈਂ ਤਾਂ ਜ਼ਿਆਦਾ ਵਿਦੇਸ਼ਾਂ ਮੈਂ ਜਾਵਾ ਡੋਂਕੀ ਮੈਂ ਗੁਜਰਾਤ ਤੱਕ ਜਾਂਦੇ ਤਾਂ ਭਾਈ ਤੋਂ ਗੁਜਰਾਤ ਕੇ ਭਾਈ ਗਲੇ ਤੇ ਤੇਰੇ ਤਾਂ ਜਵਾਬ ਮਿਲ ਗਿਆ ਹੈ ਅੱਛਾ ਜੰਗਲ ਕਿਤਨ ਦਿਨ ਮੈਂ ਕ੍ਰੋਸ ਕਰ ਲਿਆ ਥਾ ਔਰ ਲਾਸਟ ਬਾਰਡਰ ਮੈਂ ਮਤਲਬ ਜੋ ਬਾਰਡਰ ਆਵਾ ਹੈ ਲਾਸਟ ਮੈਂ ਆਰਮੀ ਵਾਲੇ ਪਕੜਾ ਜਿਹੜਾ ਕੌਣ ਸੇ ਕੌਣ ਸੇ ਦੇਸ਼ਾਂ ਪਕੜਾ ਹੈ ਔਰ ਕਿੱਕੇ ਵਿਵਹਾਰ ਕਰਾ ਆਪਣਾ ਗਲੇ ਭਾਈ ਆਪਣੇ ਕੇ ਲੋ ਹੋਰ ਵਧੀਆ ਕਰਾ

ਆਪਣੇ ਕੋਲ ਨਿਗੇਟਿਵ ਆਈ ਆਪਣੇ ਕੋਲ ਨਿਗੇਟਿਵ ਆਪਣੇ ਟੈਂਪ ਪਾਣੀ ਵੀ ਬਹੁਤ ਘੱਟਾ ਉਸਮੈਂ ਅੱਛਾ ਆਪਣੇ ਟੈਂਪ ਵਿੱਚ ਸੁੰਢੀ ਤਈ ਪਾਣੀ ਹੋਗਾ ਬਸ ਭਾਈ ਹੂੰ ਤੋ ਅਮ ਜਮਰਾਮ ਤੱਕ ਕ੍ਰੋਸ ਕਰ ਲਿਆ ਤੇ ਜੋ ਨਦੀ ਹੋਏ ਕਿਤਨੀ ਚੌੜੀ ਹੋਏ ਕਿਤਨੀ ਡੂੰਗੀ ਹੋਏ ਅਕੁਕਰ ਕ੍ਰੋਸ ਕਰੋ ਭਾਈ ਉਸਤੇ ਨਦੀ ਆ ਭਾਈ ਪਥਰੀਲੀ ਹੋਏ ਜਮਾ ਸਾਰੀ ਹਾਂ ਪੱਥਰੇ ਪੱਥਰ ਪੜੇ ਹੈ ਅੱਛਾ ਪੜੇ ਮਾਰੇ ਬਾਲਕ ਬਤੇਰੇ ਦੇ ਜੋਰ ਪੱਥਰ ਬਦ ਪੈਰ ਤੀ ਸੜ ਗਿਆ ਪਾਣੀ ਦਾ ਬਾਹੂ ਜ਼ਿਆਦਾ ਤੇਜ਼ ਹੋਏ ਹੈ ਅੱਛਾ ਅੱਛਾ ਜੈ ਤੇ ਕੁਕਰ ਕ੍ਰੋਸ ਕਰੋ ਭਾਈ ਕੁਛ ਨਿਉ ਵੀ ਸੁਣੀ ਹੈ ਭਾਈ ਅਗਰ ਤੇ 30 35 ਜਣੇ ਖੱਟੇ ਹੋ ਜੇ ਕਰਦੇ ਚੈਨ ਬਣਾਇਆ ਕਰੋਸ ਕਰਾ ਤਾਂ ਆਪਣੇ ਕੁੱਕਰ ਕਰੋਸ ਕਰੀ ਦੀ ਆਪਣੇ ਵੀ ਨੂੰ ਇੱਕ ਰੀਤੀ ਬਾਈ ਕਰੋਸ ਤੋਂ ਪਾਣੀ ਦਾ ਬਹੁਤ ਬੇਸ਼ੱਕ ਪਾਣੀ ਕਮ ਥਾ ਫਿਰ ਬਹੁਤ ਜ਼ਿਆਦਾ ਥਾ ਉਸਕਾ ਤੋਂ ਹਮ ਬੇਲ ਬਣਾ ਲਿਆ ਕਰਤੀ ਅੱਛਾ ਇੱਕ ਭਾਈ ਦਾ ਮੈਂ ਇੰਟਰਵਿਊ ਕਰਿਆ ਥਾ ਯੂ ਤਾਰਾ ਕਿਡਲ ਡੰਕੀ ਮੇ ਜ਼ਹਿਰ ਦਾ ਅਗ ਭਾਈ ਕੇਲਿਆਂ ਦਾ ਬਾਗ ਆਵਾ ਹੋੜਾ ਜਾ ਕੇ ਮਾਨਾ ਥੋੜੀ ਸੰਤੁਸ਼ਟੀ ਹੀ ਮਿਲੀ ਕਿ ਕੇਲੇ ਕੇ ਬਾਗ ਬੁਗਾਏ ਤੇ ਜਦ ਭਾਈ ਯੂ ਇਹ ਰੋਲਾ ਦੋ ਦੋ ਦਿਨ ਇਸੇ ਕੀ ਉਸ ਤੋਂ ਭੁੱਖੇ ਰਹੇ ਹਮ अच्छा नु बोले केड़ा बाग है ओड़ थे डेढ़ किलो केला केला बाग दओ हां अगले सारे बलका कोगी आ गई आ गई केले खावा केले खावांगे हां केले खाओंगे <laughs> अगर रुल लेयो है अगर हमने भी इनु सुन जकी थी अ केल्यावा आ गया गया पहुंच गए दम ठिकाने पे हम्म तो केड़े बागो 1.5 किलो गादा और जुनसा केड़े बागाणा हो 300 400 किलो का अच्छा तो उसके फुवा में जुन सब चीज कुचा सामान ले रहे दे हम वो भी गिर दिया हमने अच्छा उता ग चलना पड़ गया दो दिन और अच्छा ओड़ दो दिन हम भी भूखे मरे भाई अच्छा जंगल में पानी हो है जुनसा किसो है मतलब जो अपना आरओ का पानी हो इस तरह का हो है या खारा हो ਬਈ ਨਦੀ ਦਾ ਪਾਣੀ ਹੋ ਜੂਣ ਸੀ ਆ ਨਦੀ ਦੇ ਸਾਰੇ ਸਾਰੇ ਚੱਲਣਾ ਪੜ ਬਹੁਤ ਬਾਰੀ ਪਾਣੀ ਹੋਵੇ ਹੈ ਭੂਖ ਨਹੀਂ ਲੱਗਣੀ ਦੀ ਬਾਈ ਆਪਣੇ ਦੋ ਦਿਨ ਨੂੰ ਨੇ ਅੱਛਾ ਭੂਖ ਨਹੀਂ ਲੱਗਣੀ ਦੀ ਕੋਈ ਰਸਤਾ ਮੈਂ ਜੁਗਰ ਆਪਣਾ ਤਾਂ ਅੱਗੇ ਆ ਪਾਛਾ ਕੋ ਚੱਲ ਰਿਹਾ ਕੋਈ ਸੀ ਦੁਰਘਟਨਾ ਦੇਖੀ ਹੋ ਬਾਈ ਮਤਲਬ ਲਾਸ਼ ਵਗੈਰਾ ਦੇਖੀ ਹੋ ਆ ਬਾਈ ਦੇਖੀ ਦੀ ਆਮ ਨੇ ਆਪਣੇ ਉੱਤੇ ਦੇਖੀ ਜਿਮਾ ਉੱਪਰ ਤਾਂ ਮੈਂ ਬਾਈ ਸਾਰੇ ਤੱਕ ਚੱਲਿਆ ਕਰਦਾ ਜੋਥੇ ਮ ਜਵਾਨ ਹਾਤਾ ਲਗਭਗ ਮਸਾਰਾ ਦਾ ਗੱਭੈ ਡਾਲੇ 1 ਕਿਲੋਮੀਟਰ ਅੱਗੇ ਭੈ ਜਿੰਦਾ ਹੁੰਤੇ ਪੂਰੇ ਗਰੂਤੇ ਅੱਛਾ ਅੱਛਾ ਇਤਨਾ ਵਹ ਰੇਸ਼ਟ ਕਰੇ ਫਿਰ ਉਹ ਇਤਨਾ ਜੜੇ ਤੀ ਮੈਂ ਬੈਠਿਆ ਤਾਂ ਉਹੜੇ ਤੀ ਪਹੁੰਚੁੰਦੇ ਫਿਰ ਅੱਗੇ 1 ਕਿਲੋਮੀਟਰ ਭੈ ਜੇਰਦਾ ਅੱਛਾ ਅੱਛਾ ਫਿਰ ਮਨ ਉਹੜੇ ਉਹ ਸਮੈਲ ਹੀ ਆ ਗਈ ਜਮ ਪਹਾੜੀ ਦੇ ਉੱਪਰ ਜੁਨਸੀ ਖਤਰਨਾਕ ਪਹਾੜੀ ਉਸਕੀ ਉਪਰੀ ਜੀਵ ਆਮਨੇ ਦੇਖਿਆ ਤਾਂ ਸਾਰਾ ਗਲੇ ਰਿਆਦਾ ਭਾਈ ਮਰੀ ਹੋਈ ਲਾਸ਼ ਤੀ ਸਾਰਾ ਗਲੇ ਰਿਆਦਾ ਸਿਰਫ ਇੱਕੜਾ ਦਿੱਖਦਾ ਉਸਕਾ ਅੱਛਾ ਅੱਛਾ ਉਹ ਦੇਖ ਕੇ ਫਿਰ ਹਮ ਜਲਦੀ ਸਰਕ ਲਈ ਥੋੜੇ ਤੇ ਕੁਤੋ ਸਮੈਲ ਜ਼ਿਆਦਾ ਥੀ ਫਿਰ ਗਿੱਲੀ ਸਰਕ ਲਈ ਥੋੜੇ ਤੋਂ ਮੈਂ ਵੀ ਘਬਰਾ ਗਿਆ ਤਾਂ ਯਾਰ ਮੈਂ ਸਭ ਤੋਂ ਪਹਿਲਾਂ ਪਹੁੰਚ ਗਿਆ ਉੜਾ ਔਰ ਸਮੈਲੀ ਦੇਖ ਕੇ ਉਕੜਾ ਹ ਦੇਖ ਕੇ ਫਿਰ ਮੂਲ ਟਾਈ ਬਾਜ ਜਾ ਉੰਦੂਰ ਹੈ ਅੱਛਾ ਉਸਕੇ ਬਾਅਦ ਤੋਂ ਅੱਗੇ ਕੋਣ ਲਿਖੜੀ ਹੋਗੀ ਸੇ ਤੇ ਵੀ 1 ਕਿਲੋਮੀਟਰ ਉਹ ਦੇਖਣ ਕਰ ਕੇ ਬਾਅਦ ਹੈ ਫਿਰ ਨਹੀਂ ਲਿਖੜਿਆ ਹੋਇਆ ਕੋ ਗਰੀ ਅੱਛਾ ਫਿਰ ਬਾਹ ਹੋ ਗਿਆ ਭਾਈ ਇਸ ਤਾਂ ਅੱਗੇ ਦੁਰਘਟਨਾ ਘਟ ਸਕਾ ਹੈ ਹੋਰ ਹਾਂ ਫਿਰ ਤੋਂ ਸਾਰੇ ਅੱਗੇ ਬਾਹ ਹੋ ਗਿਆ ਭਾਈ ਮੈਨੂੰ ਸਾਰੇ ਦਿਖਾਈ ਅੱਛਾ ਨਿਊ ਸੁਣੀ ਹੈ ਮਨਮ ਜੋ ਡੋਂਕੀ ਮੈਂ ਜਾਵਾਂ ਡੋਂਕਰ ਆਪਣਾ ਅਗਾ ਅਗਾ ਹੋਇਆ ਸਾਰੇ ਉਸਕਾ ਪਾਛਾ ਚੱਲੇ ਕਰਾਂ ਆਪਾਂ ਅਰ ਜਦ ਬਾਰਡਰ ਕੋ ਮਤਲਬ ਬਾਰਡਰ ਕਾ ਨਜ਼ਦੀਕ ਲੈ ਕੇ ਜਾਨੀ ਡੋਂਕਰ ਪਾਛਾ ਹੋ ਜਾ ਤਮਨਾ ਅਗਾ ਕਰਦੇ ਹੈ ਬਾਈ ਯੂਏ ਹੈ ਉਹਨਾਂ ਕਾ ਕੰਟਰੀ ਕਾ ਹੋ ਨਹੀਂ ਤੋੜਾ ਉਹਨ ਕੀ ਛਾਪਾ ਪੜਨ ਕਾ ਬਹਿਰ ਹੋ ਹੈ ਮਾਰ ਦੋ ਤੋ 15 ਦਿਨ ਕੀ ਹੋਆ ਹੈ ਅੱਛਾ ਅਕ ਥਮ ਕੁਕਰੀ ਕਿਡੀਆਂ ਡੋ ਪਕੜਾਂਗੇ ਤੁੰਨੇ ਪਕੜਾਂਗੇ ਜੇਲੋਗੀ ਤੁੰਨੇ ਕਈ ਸਾਲ ਕੀ ਹੋਣਾ ਹੋਗੀ ਮਾਰ ਕੋਤ ਨਹੀਂ ਹਮ ਤਾਂ ਇਮੀਗ੍ਰੈਂਟ ਹੈ ਬਾਈ ਅੱਛਾ ਅੱਛਾ ਇਹ ਬਹੁਤ ਸਾਰੇ ਅੰਗ ਇੰਟਰਵਿਊ ਕਰਿਆ ਹੈ ਨੂੰ ਕਹੋ ਬਾਈ ਅਲਗ ਅਲਗ ਦੇਸ਼ ਕੀ ਅਲਗ ਅਲਗ ਦੇ ਆਰਮੀ ਮਾਮਨਾ ਪਕੜ ਲੇ ਹੈ ਤੋ ਤਾ ਮੈਂ ਕੌਨਸੀਆਂ ਆਰਮੀ ਨਾ ਕੋ ਨਹੀਂ ਪਕੜੇ

ਫੇਰ ਅੱਗੇ ਕੀ ਕੀ ਦਿੱਕਤ ਆਈ ਕੁੱਦੇ ਸਾਥ ਅੱਗੇ ਦੋ ਭਾਈ 10 ਦਿਨੋਂ ਦਿੱਕਤ ਹੈਗੀ ਹੂੰ 10 ਦਿਨਾਂ ਤੋਂ ਭਾਈ ਇੱਕਦਮ ਜ਼ਿਆਦਾ ਬਿਮਾਰ ਹੋ ਗਿਆ ਮੈਂ ਮੇਰਾ ਡਾ ਹੋਇਆ 15ਵੇਂ 16ਵੇਂ ਦਿਨ ਅਪੈਂਡਿਕਸ ਦਾ ਆਪਰੇਸ਼ਨ ਹੋ ਗਿਆ ਦਾ ਭਾਈ ਅੱਛਾ ਹਾਂ ਫੇਰ 3 ਅੱਖ ਮਹੀਨੇ ਪਿੱਛੇ ਫੇਰ ਦਰਦ ਉਠਿਆ ਮੇਰੇ ਪਥਰੀ ਦਾ ਫੇਰ ਇੱਕ ਆਪਰੇਸ਼ਨ ਫੇਰ ਹੋਇਆ ਭਈ ਉਹਦੇ ਹਾਂ ਦੋ ਆਪਰੇਸ਼ਨ ਹੋਏ ਭਈ ਆਪਣੇ ਉਹ ਆਪਰੇਸ਼ਨ ਦਾ ਖਰਚਾ ਕਿਸ ਨੇ ਦੇਆ ਭਾਈ ਅਗਲੀ ਗੌਰਮੇਟ ਨੇ ਦੇਆ ਭਾਈ ਸਾਰਾ ਸੁੱਦਾ ਉਹ ਕੈਂਪ ਮ ਆਇਆ ਕਰਦੇ ਕੈਂਪ ਤੋਂ ਗੱਡੀ ਮ ਜਾਇਆ ਕਰਦੇ ਕਿਸੇ ਕੋਈ ਵੀ ਦਿੱਕਤ ਹੈ ਐਡਵੋਕੇਟ ਨੂੰ ਸੰਦੇਸ਼ ਭੇਜ ਦਿੰਗੇ ਮੈਂ ਅੱਛਾ ਅੱਛਾ ਉਹਦੇ ਦਾ ਫਿਰ ਆਉਗੀ ਜੋ ਮੇਲ ਪਰਮਿਸ਼ਨ ਆਉਗੀ ਫਿਰ ਉਹ ਉਹਦੇ ਦੀ ਬਹੁਤ ਬੜੀ ਆ ਜੋ ਫੈਸਿਲਿਟੀ ਦੀ ਬਹੁਤ ਵੱਡਾ ਹਸਪਤਾਲ ਦਾ ਉਸਮੇ ਚੈਕ ਹੋਇਆ ਤਾਂ ਬਾਈ ਆਪਣਾ ਜੋ ਦੀਵਾਰ ਹੋਇਆ ਹੈ ਉਹ ਕਿੰਨੀ ਚੌੜੀ ਹੋਇਆ ਹੈ ਕਿੰਨੀ ਲੰਬੀ ਹੋਇਆ ਹੈ ਕਿੰਨੀ ਮੋਟੀ ਹੋਇਆ ਹੈ ਕਿ ਦੀਵਾਰ ਕਿਹਾਂ ਕੀ ਬਣੀ ਹੋਈ ਇਟਾਂ ਕੀ ਹੈ ਲੋਕੀ ਹੈ ਬਾਈ ਲੋਕੀ ਦੀਵਾਰ ਥੀ ਦੀਵਾਰ ਕੁਟ ਦਿਨਾ ਮਾਰਾ ਤੁਕ ਲਾਇਆ ਗਿਆ ਦਾ ਹਮ ਨੀਚੋ ਕੱਢ ਦਈਏ ਮਰੇਗੇ ਲਗ 52 ਸਾਲ ਦੀ ਬੁੱਢੀ ਸੀ ਪੰਜਾਬ ਬਣ ਹਾਂ ਤਾਂ ਉਸ ਕੀ وجہ ਤਾਂ ਨੀਚੇ ਉਗਾੜ دیے ਸੀ ਨਹੀਂ ਤਾਂ ਜੀ ਉਸ ਟਾਈਮ ਸੀ ਕਰੇ ਜ਼ਾਦਾ ਉਹ 24 ਫੁੱਟ ਕੀ ਕਰੀਬ ਕੀ ਹੋਗੀ ਉੱਪਰ ਹੋਏ ਕਦਮ ਸੀ ਅੱਛਾ ਅੱਛਾ ਹਾਂ ਉੱਪਰ ਕੀ ਤਾਂ ਮਤਲਬ ਪੈੜੀ ਪੂੜੀ ਲੈ ਰੱਖੀ ਦੀ ਆ ਉਂ ਚੜਨਾ ਪੜਾਦਾ ਇੱਕ ਤਰਫ ਪੈੜੀ ਲਾ ਦੇ ਦੂਸਰੀ ਤਰਫ ਨੂੰ ਕੁੱਦਣਾ ਪੜਦਾ ਅੱਛਾ ਮਤਲਬ ਸਾਰਾ ਤਾਂ ਉਹ ਇੱਕ ਸ਼ਹਿਰ ਹੈਗਾ ਦੀਵਾਰ ਜਾਂ ਮਤਲਬ ਕਿੜੀਆਂ ਤਾਂ ਨੀਚੀ ਉੱਚੀ ਕਿੜੀਆਂ ਹੀ ਸ਼ਾ ਹੈ ਇਹ ਬਈ ਇੱਕ ਏਰੀਆ ਹੈ ਮੈਕਸੀਕੋ ਦਾ ਲਗ ਲੇ ਚ ਉਸ ਕਹਰੇ ਲਈ ਅਮਰੀਕਾ ਅਮਰੀਕਾ ਕੈਲੀਫੋਰਨੀਆ ਦਾ ਏਰੀਆ ਹੈ ਅਰ ਮੈਕਸੀਕੋ ਤੇਜਵਾਨਾ ਕਹਦੇ ਹੁਨੇ ਅੱਛਾ ਉਸ ਏਰੀਏ ਮੋ ਜ਼ਿਆਦਾ ਵੱਡੀ ਹਈ ਨਹੀਂ ਤੇ ਇੱਕ ਏ ਕਰੀਜਾ ਤੋਈ ਸੀ ਜੋ ਆਪਣੀ ਏ ਕੀਂਟ ਦਰਦੀ ਏ ਕੀਂਟ ਪਨੂ ਵੀ ਨ ਮੇਰਾ ਲੱਗਦਾ ਕਿਵਾਰ ਕੁਦਿਆ ਤੂੰ ਅੱਛਾ ਇਤਨੀ ਬੇਵਸਵਾ ਹੈ ਸਿੱਧ ਸਿੱਧ ਹੀ ਅਗੇ ਹੜੇ ਕੋ ਦੀਵਾਰ ਹੈ ਆ ਕੁਛ ਭਾਈ ਨੂੰ ਕੋ ਜੋ ਆਪਣਾ ਚੈਦਰ ਨਹੀਂ ਹੋਇਆ ਹੈ ਆਪਣਾ ਹੀ ਟਿਕਟ ਖਤਮ ਲੈ ਦੇ ਚੱਪਰ ਬਣਾ ਲੈ ਗਾ ਇਸੀ ਚੈਦਰ ਹੋਇਆ ਹਾਂ ਇਸੀ ਚੈਦਰ ਵੀ ਹੈ ਭਾਈ ਅੱਛਾ ਹਾਂ ਸਾਰੇ ਕੋਈ ਬੋਰਡ ਦੇ ਹਿਸਾਬ ਤੇ ਬੋਰਡ ਜਿਆਦਾ ਲੰਬਾ ਵੱਡਾ ਹੈ तो ये है कडी है कोई कुछ भी बतान लग रिया वही ठवा ईट भी अरे टेम द ब्रियो अच्छा हां पता नहीं को लगता कि अमेरिका में ट्रोलियम अच्छा जदोड़ पहुंच गया अब दीवार क्रॉस कर दी पुलिस पुलिस ने पकड़े थे नहीं भाई पुलिस ने पकड़ लो पुलिस पकड़ दे कुछ नहीं कंट्री पूछगी इंडिया उन के भी शांति हो जाए अर इन के भी शांति हो जाए इंडिया नाम लेने में कुछ नहीं सिर्फ नुकोंगे जो गुंठी ਮਾਲ ਆ ਗਰ ਕੁਝ ਪਹਿਰ ਨਹੀਂ ਉਹ ਇੱਕ ਥੈਲਾ ਦੇ ਦਿੰਦੇ ਹਾਂ ਉਸ ਵਿੱਚ ਘੇਰ ਦਿਓ ਭਾਈ ਜੋ ਵੀ ਤੁਹਮ ਸਮਾਨ ਲੈ ਰਹੇ ਹੋ ਨੀ ਉਸ ਵਿੱਚ ਘੇਰ ਦਿਓ ਤੇ ਆਪਣਾ ਨਾਮ ਲਿਖ ਦਿਓ ਬੱਸ ਮੈਂ ਕਹਿੰਦਾ ਕਿ ਦੋਆ ਭਾਈ ਗੁੰਠੀ ਮਾਲਾ ਜੁਗਰਾ ਪਹਿਰ ਰਹੇ ਹੋ ਕਿ ਕਾਰਨ ਹੈ ਉਹਨ ਕੀ ਉਹ ਕੁਝ ਵਾਇਰਲੈਸ ਹੋ ਕੁਝ ਉਸ ਦੀ ਲੋਕੇਸ਼ਨ ਸਿਸਟਮ ਹੋ तो वहाँ उनकी सेफ्टी खातर अपनी सेफ्टी खातर रखे हुए अच्छा मतलब भाई कपड़े वगैरह भी चेक कर रहे अपने भाई और कुछ तो ले रहे हो हाँ नॉर्मल चेकिंग हो जो भी है भी कोई अपनी दूर पुलिस आ जाए वो नॉर्मल चेकिंग थी अच्छा जो कर इंडिया का नाम लें दे उनका शांति मिलेगी और जो तारा गला पाकिस्तानी थे उनती नाम ले उन फिर के उनका रिस्पॉन्स था भाई उन्हें तो ਇੱਕ ਇੱਕ ਅਫਸਰ ਚਰਚਾ ਰਵਿ ਤੋਂ ਚੈੱਕ ਕਰਵਾ। ਅੱਛਾ। ਹੁਣ ਕੀ ਅਲੱਗ ਗੱਡੀ ਮ ਜਾਓਗੇ। ਸਭ ਕੁਛ ਅਲੱਗ ਹੋਊਗਾ। ਅੱਛਾ। ਇੰਡੀਆ ਨਾ ਆਲ ਇੰਡੀਆ ਆਦਮੀ ਆਤੇ ਕੋਈ ਕੁਛ ਨਹੀਂ ਕਿਰਿਆ। ਇੰਡੀਆ ਨਾਮ ਲਿੰਦੇ ਬਸ ਆਰਾਮ ਤੈਨੂੰ ਕਦੇ ਬੈਠ ਜਿਓ। ਓਰ ਰਕੇ ਡਾਲੇ 1 ਘੰਟਾ ਦੋ ਆਹ ਉੱਪਰ ਕਰਵਾ ਕੇ ਰੱਖ। ਅੱਛਾ। ਹਾਂ। ਪਾਸਪੋਰਟ ਆਪਣਾ ਕੜਾ ਜਮਾ ਹੋ ਗਿਆ ਥਾ ਜਦ ਦਿਵਾਰ ਕ੍ਰੋਸ ਕਰੀ ਜਦ ਬਿਤਾ ਪਾਸਪੋਰਟ ਥਾ ਜਾਂ ਨਹੀਂ। ਬਈ ਪਾਸਪੋਰਟ ਮਾਰਾ ਏਜੰਟ ਨੂੰ ਕਹਿ ਦਿੱਤੀ ਮਾਰਾ ਜਿਵੇਂ ਫਲਾਈਟ ਮ ਤੁੱਤਰੇ। ਹੋਟਲ ਨੂੰ ਗਏ ਅਗਲੇ ਨਾਟਲ ਮੇ ਡੋਂਕਰ ਲੈਣਾ ਆਣੀ ਹਮਨੇ ਓੜੇ ਲੈ ਲਿਆ ਪਾਸਪੋਰਟ ਮਰ ਅੱਛਾ ਹਾਂ ਫਿਰ ਹਮ ਬਿਨਾ ਪਾਸਪੋਰਟ ਕੀਤੇ ਇਸਾ ਵੀ ਹੁੰਦਾ ਬਾਈ ਕਹਤੇ ਜੋ ਕਰੇ ਪਾਕਿਸਤਾਨੀ ਉਹ ਅਰ ਉਹ ਇੰਡੀਆ ਵਾਲੇ ਬੋਲਦੇ ਇੰਡੀਆ ਵਾਲੇ ਉਹ ਪਾਕਿਸਤਾਨੀ ਬੋਲਦੇ ਨਾ ਬਾਈ ਸਭ ਕੁਝ ਨਹੀਂ ਹੁੰਦਾ ਮਤਲਬ ਆਈਡੀ ਵਗੈਰਾ ਚੈੱਕ ਕੋ ਨਹੀਂ ਕਰਦੇ ਤਾਂ ਹਮ ਕੁ ਸਾਈਡੀ ਲੈ ਰਹੇ تھے ਬਾਈ ਇਸ ਤਰ ਪ੍ਰੂਫੋ ਮਤਲਬ ਇੰਡੀਆ ਕੇ ਹੋਤਾ ਮੈਂ ਜਾਂ ਪਾਕਿਸਤਾਨ ਕੇ ਹੋ ਜੋ ਵੀ ਥੇ ਜੋ ਇੰਟਰਨੈਸ਼ਨਲ ਆਈਡੀ ਹੋਣੀ ਬਈ ਆਪਣੀ ਪਾਸਪੋਰਟ ਉਹ ਸਾਰੀ ਆ ਜਾ ਫਿੰਗਰਪ੍ਰਿੰਟ ਲੱਗ ਜਾ ਜਣੀ ਇਮੀਗ੍ਰੇਸ਼ਨ ਹੋ ਮਰੀ ਅੱਛਾ ਅੱਛਾ ਉਹੜੇ ਤਾਂ ਆਪੋ ਹੀ ਠਹਿਲੇ ਸਾਰਾ ਸਿਸਟਮ ਅੱਛਾ ਪੁਲਿਸ ਜੋ ਮਤਲਬ ਪਕੜੇ ਤਾਂ ਮੈਂ دیوار ਖੁੱਦੇ ਕੜਾ ਲੇਗੀ ਆਪਾਂ ਨਾ ਕਿ ਕੇ ਵਿਭਾਰ ਕਰਾ ਗਾਡੀ ਮੇ ਲੇਗੀ ਪੈਦਲ ਲੇਗੀ ਜਾਂ ਸਮੁੰਦਰ ਕਰਾਸ ਕਰਾ ਕੇ ਕੁਝ ਥਾ ਅਮ ਗੱਡੀ ਮ ਗਏ ਬਈ ਅਮ دیوار ਖੁੱਦ ਦੇਣਾ 11 ਬੰਦੇ ਥੇ ਅਮ ਗੱਡੀ ਮ ਗਏ ਉਸ ਟਾਈਮ ਪੇ ਬੀੜ ਜ਼ਿਆਦਾ ਹੋ ਰਹੀ ਥੀ ਅੱਛਾ ਪਹਿਲਾਂ ਲੱਗ ਗਿਆ ਕਰਦੇ ਬਾਲਕ ਬਤਾ ਅਗਰ 5-4 ਦਿਨ ਲੱਗ ਗਿਆ ਕਰਦੇ ਹਮਾਰਾ ਮਹੀਨਾ ਲੱਗਿਆ ਦਾ ਬਾਈ ਚੌਕੀ ਚੌਕੀ ਮੈਂ ਅੱਛਾ ਅੱਛਾ ਹਾਂ ਚੌਕੀਆਂ ਮਤੀ ਫਿਰ ਚੌਕੀਆਂ ਇਹ ਥੋੜਾ ਮੋਟਾ ਟੋਚਰ ਥਾ ਉਹਨਾਂ ਦਾ ਉਹਨਾਂ ਦਾ ਯੂ ਇਹਦਾ AC ਜ਼ਿਆਦਾ ਚਲਾਦੀ ਫਿਰ ਕਈ ਨੂੰ ਵੀ ਕਹਦਾ ਹੈ ਕਿ ਇਸ ਜਿਆਦਾ ਚਲਾਉਂ ਤੇ ਜੋ ਤੁਮ ਜੰਗਲਾਂ ਮ ਕੋਈ ਨਹੀਂ ਉਹ ਇਨਫੈਕਸ਼ਨ ਹੈ ਉਹ ਇਨਫੈਕਸ਼ਨ ਲਿਗੜ ਜਿਸ ਤਰ ਅੱਛਾ ਅੱਛਾ ਹਾਂ ਫਿਰ ਕਈ ਜਗ੍ਹਾ ਇਸ ਆ ਵੀਦਾ ਬਾਈ ਤਲੇ ਕੋ ਤੜਕਿੰਦੋ ਦੇਰ ਦੇ ਹਾਂ ਔਰ ਪੂਰੀ ਐਸੀ ਚੱਲਿਆ ਕਰਦੀ ਅੱਛਾ ਅੱਛਾ ਉਸ ਪਸੋਣਾ ਪੜਿਆ ਕਰਦਾ ਹਾਂ ਤੋ ਇਹੀ ਤੇ ਬਸ ਉਸਮੇ ਚੌਕੀ ਮਟੋ ਚ कैंप में जाए कुछ नहीं हो भाई कैंप में जाए आराम तो सो अगर किसी ने काम करना जी करा है तो फैसिलिटी में कुछ भी काम कर सके अच्छा। परमिशन जो लेडीज थी अपना गला है वो अभी तारा गले पकड़ ली थी या मतलब उनका अलग कुछ करा है पकड़े थे हम सारे भाई इकट्ठे और सारे एक एक गाड़ी में गए थे फिर उनके अलग अलग, अलग रूम ही हो जाए नी चौकी में गए थे हम सब अलग अलग मारते जो अठारह साल के नीचे थे वहाँ अलग में थे लेडीज अलग में थी और जो अठारह साल तो ऊपर के थे चौंकी अच्छा, मैं। है, है, है हुआ अच्छा। उस चौंकी में वो सिल्वर का पेपर हुआ है अगर उन जो लगा तो पांच सात मिनट में पशीना देगा उसमें कड़ी फिर वो रह गिर अच्छा ये इसी इतनी तेज है ਅੱਛਾ ਅੱਛਾ ਇਹ ਕੰਮ ਦਾ ਬਾਈ ਕੀ ਕੁਛ ਖਾਣ ਪੀਣ ਦਾ ਦੇ ਕਰਦੇ ਬਾਈ ਉਹੜਾ ਖਾਣ ਪੀਣ ਦਾ ਇੱਕ ਮੇਦੇ ਦੀ ਰੋਟੀ ਆਇਆ ਦੀ ਬਾਈ ਹਾਂ ਔਰ ਉਸਮੇ ਰਜਮਾ ਆਇਆ ਕਰਦੀ ਹਾਂ ਉਹ ਰੋਟੀ ਔਰ ਇੱਕ ਛੋਟੇ ਚਰ ਚਰ ਬਿਸਕੁਟ ਆਇਆ ਪੈਕਟ ਅੱਛਾ ਬਹੁਤ ਸਾਰੇ ਲੋਕ ਨੇ ਕੋਵਾ ਹੈ ਇੱਕ ਜੁਕਰ ਆਪਣਾ ਲੈਟਰਿੰਗ ਹੋਇਆ ਉਸਮੇ ਗੇੜ ਦੇ ਉਸੇ ਮੈਂ ਖਾਣਾ ਉਸੇ ਮੈਂ ਪੀਣਾ ਉਸੇ ਮੈਂ ਘੁੰਮਣਾ ਐਸਾ ਕੁਛ ਵੀ ਹੋਇਆ ਬਾਈ ਹਾਂ ਬਾਈ ਹੈ ਇਸਾ ਹੀ ਹੈ ਅੱਛਾ ਉਹ ਹੈ ਪਰ ਉਹਨਕੀ ਸਫਾਈ ਵੀ ਇਤਨੀ ਹੋਇਆ ਬਾਈ अच्छा अच्छा हां एक कोण में जगह हम बैठे हैं हमारे बेड हैं उसी पर लिकोण में वह है ਲੈਟਰਿੰਗ ਬਾਥਰੂਮ ਹੈ ਅੱਛਾ ਹਾਂ ਅਡਜਸਟ ਕਰਨਾ ਪੜਾ ਬਾਈ ਫਿਰ ਉਹ ਡਾ ਪਹੁੰਚ ਗਿਆ ਆਪਾਂ ਨਾ ਕੀ ਕਾਰਨ ਹੋਇਆ ਉਹ ਆਪੀ ਸਾਣ ਦਾ ਬਾਈ ਇਹ ਕੋੜਾ ਜੁਰਜੀਆ ਜੇਲ ਹੈ ਹਮ ਆਮਨੇ ਜੰਗਲ ਮੇ ਸੁਣੀ ਤੀ ਅਗਵਾ ਬਹੁਤ ਜ਼ਿਆਦਾ ਖਰਾਬ ਹੈ ਆਮ ਦੁਰਤੀ ਨੂੰ ਇਹ ਕਹਿੰਦੇ ਗਏ ਭਗਵਾਨ ਤਾਂ ਇੱਕ ਮਹਾ ਉਸ ਮਨ ਜਾਓ ਉਸ ਮਨ ਜਾਓ ਭਗਵਾਨ ਕੀ ਸੀ ਮੇਰੀ ਛੇ ਜੇਲ ਬਦਲੀ ਬਾਈ ਅੱਛਾ ਛੇ ਛੱਟੀ ਵਾਏ ਥੀ ਅੱਛਾ ਜੁਣ ਸੀ ਇਤਨਾ ਟਾਂ ਦੇ ਨੇ ਉਸ ਮੈਂ ਜਾਏ ਬਈ ਮਤਲਬ ਉਹੜਾ ਜਾਇ ਪੱਛਣੀ ਹੋ ਗਿਆ ਉਹੋ ਭਾਈ ਫਸ ਗਿਆ ਰਹਿ ਗਿਆ ਦੋ ਹਾਂ ਭਾਈ ਉਹੜੇ ਬਸ ਉੱਠ ਲਿਆ ਦਾ ਵਿਸ਼ਵਾਸ ਸਾਰੇ ਸੂਦਾ ਤਾਂ ਇਹ ਵੀ ਨਹੀਂ ਕੁਝ ਵੀ ਹੋਣੇਗਾ ਅੱਛਾ ਰਸਤਾ ਮੈਂ ਉਹ ਇੱਕ ਆਪਾਂ ਬਾਤ ਭੁੱਲ ਗਏ ਤੇ ਕੁਸਤੀ ਉਹ ਕਿਸਤੀ ਵਾਲੀ ਭਾਈ ਪਾਣੀ ਪਰ ਜਾ ਡੱਬਿਆਂ ਗਲਾ ਕਾਢਾਂ ਹਾਂ ਔਰ ਬੰਦ ਵੀ ਹੋ ਗਈ ਥੀ ਲੋਗ ਨੇ ਕੋਈ ਸੇਰਾ ਵਾਲੀ ਕਾ ਨਾਮ ਲਿਓ ਕੋ ਬੋੜਾ ਕਾ ਨਾਮ ਦੇਵੇ ਤੇ ਕਮਾ ਬਾਬੂ ਨੇ ਯਾਦ ਕਰੇ ਤੇ ਹਾਂ ਭਾਈ ਉਹ ਮਾਰੀ ਬੋਟ ਜੋ ਅਗਾਂ ਧੇ ਘੰਟੇ ਵਿੱਚ ਦੂਸਰੀ ਵੱਡੀ ਬੋਟ ਆਣੀ ਥੀ ਉਹ ਸਾਰੀ 45 ਮਿੰਟੇ ਇੱਕ ਘੰਟਾ ਲਾਸਟ ਚੱਲਣੀ ਥੀ वहा आई नहीं वहा पकड़ ली फौजिया अच्छा। ने उस पर छापा पड़ गया फिर हम उसमें जो मच्छी पकड़न की थी उसमें चलाय दी। अच्छा। उसके दो इंजन लगा चाली सात आठ घंटे उसने आरामदेन लग गया उसके बाद वो इंजन ही नहीं स्टार्ट होया अच्छा। और उसमें जब चाली हुआ जब खारा पानी हुआ है समुन्द्र का तो उसमें चाचा बड़का ने पी लिया फिर वो जमनी नहीं हुआ किसी को उल्टियाारी है कोई उसमें मुंह तिरया है और वो थोड़ी जहा जाए ਉਸ ਵਿੱਚ ਸਾਰਾ ਉਸ ਵਿੱਚ ਪਾਣੀ ਆ ਜੇ ਫਿਰ ਤੈਨੂੰ ਬਤਾਉਣੀ ਬਤਾਵਾ ਤਾਂ ਮੈਨੂੰ ਪਾਣੀ ਵੀ ਚੈੱਕ ਕੇ ਦੇਗਾ ਤਾਂ ਤੁਹਾਨੂੰ ਤਾਂ ਮੂਹ ਦੇਖ ਕੇ ਚੈੱਕ ਕਿਸਤੀ ਵਾਲਾ ਨਹੀਂ ਨਹੀਂ ਉਹ ਪਾਣੀ ਸਮੁੰਦਰ ਦਾ ਦਾ ਭਾਈ ਸਾਹਿਬ اچھا اچھا ਤਾਂ ਉਸ ਵਿੱਚ ਮੈਂ ਮੂਹ ਤੋਂ ਦੇ 9-10 ਡੱਬੇ ਦੇ ਮਾਰੇ ਦੁਰੇ ਇਫਜਾ ਲੈ ਗਈ ਜਾਲ ਇਹ ਨੂੰ ਕਾਡੂ ਜਾਓ ਸਬੀਟ ਦੇ ਫਿਰ ਡੋਂਕਰ ਵੀ ਰੁੱਕੇ ਮਾਰੇ ਉਰ ਦੇ ਭਾਈ ਜਲਦੀ ਜਲਦੀ ਜੋ ਆਪਣੀ ਬਾਸਮ ਕਾਇਆ ਕਰ ਦੇਵੀ ਮੈਂ ਕਾਡੋ ਕਾਡੋ ਆਮਨੇ ਵੀ ਆਪਣਾ ਡਰਦਾ ਕਦੀ ਅੰਡੂਬ ਜਾ ਆਮ ਵੀ ਇਤਨੀ ਸਬੀਟ ਤੇ ਲੈ ਗਰੇ ਦੇ ਅੱਛਾ ਅੱਛਾ ਫਿਰ ਭਾਈ ਉਹ ਹੋ ਗਿਆ ਉੜਵਾ ਇੰਜਣ ਚੱਲੇ ਨਹੀਂ ਚੱਲੇ ਨਹੀਂ ਤੇ ਫਿਰ ਸਾਰੇ ਭਗਵਾਨਾਂ ਨੂੰ ਯਾਦ ਕਰੇ ਕੋਈ ਆਪਣੇ ਨੂੰ ਕੋਈ ਆਪਣੇ ਕੋਈ ਨੂੰ ਕਹਿ ਰਹੀ ਬਸ ਐੜੇ ਹੋ ਲਿਆ ਹਮ ਦੋ ਅੱਗ ਨਹੀਂ ਜਾਣੇਗੇ ਫਿਰ ਡੇਢ ਘੰਟੇ ਵੀ ਚਵਾ ਜਾਂਗਾ ਦਿੰਗਾ ਲੈ ਕੇ ਸਟਾਰਟ ਹੋ ਗਿਆ ਫਿਰ ਜੀ ਜੇ ਕਬਰਿਸਤਾਨ ਮੂਦਰੇ ਦੇ ਹਮ ਦੋ ਕੋਈ ਸ਼ਾ ਕਮਜ਼ੋਰ ਵੀ ਹੋਇਆ ਬਾਈ ਰੋਣ ਲੈ ਕੇ ਜਹਰੋਏ ਵੀ ਕੋਈ ਉੜਾ ਉਹ ਸਾਰੇ ਰੋਂਦੇ ਵੀ ਇਹ ਸਾਕੋਈ ਦੁਨਸਨੀ ਰੋਇਆ ਹੋ। ਅੱਛਾ ਤੂੰ 1 ਕਿਲੋਮੀਟਰ ਚੱਲਦਾ ਫਿਰ ਜਾ ਕੇ ਰੋਇਆ ਕਿ ਨਹੀਂ? ਬਈ ਉਹੜਾ ਤਾਂ ਕੁਝ ਨਹੀਂ ਉਹੜਾ ਤਾਂ ਚਾ ਚੰਚਲੇ ਦੇਖ ਲੈ ਪੁੰਚ ਜਾਗੇ। ਬਾਕੀ ਆਮੀ 1.15 ਮਹੀਨੇ ਜਿਲਜਲ ਮਰੇ ਉਹੜੇ। ਉਹੜਾ ਯੂ ਕਾਮ ਉਹੜਾ। ਤੜਕੀ ਸਬਤ ਰੇ ਤਾਂਸ ਕੀ ਲੈਰ ਦੇ। ਤੜਕੀ ਨਜੀ ਸੋਣੇ ਹਟੇ ਮਰਦੀ ਸਾਰੇ ਰੋਗੇ ਸੋਇਆ ਕਰਦੀ। ਅੱਛਾ ਭਾਈ ਫੋਨ ਫਨ ਹੋਇਆ ਫੋਨ ਫੋਨ ਕੀ ਕੀ ਸਿਸਟਮ ਥਾ ਉਹ ਤੱਕ ਕੁੱਕਰ ਬਾਤ ਕਰੇ ਕਰਦੇ। ਅਰ ਪਹੁੰਚਦੇ ਕਿਤਨੇ ਦਿਨ ਪਾਛਾ ਘਰ ਕਿੰਨ ਦੱਬਤਾ ਦਿਆ ਦਾ ਭਾਈ ਮੋਰਾ ਪਹੁੰਚ ਗਿਆ। ਭਾਈ ਗਰਕਿਆ ਤਾਂ ਬਹੁਤ ਵਾਰੀ ਪਹੁੰਚੇ ਲੱਗਿਆ ਤਾਂ ਮੈਂ ਬਤਾਉਂਦਾ ਦਿਨ অপারেশন ਹੋਇਆ ਇਹ ਆਪਣਾ ਭਾਈ ਦਾ ਇੱਕ ਫਲੋਸਮ ਤੇ ਇਹ ਬਿਠਿਆ ਇਹਨੇ ਬਤਾਦਾ ਮਰਤ ਦਾ ਪਹਿਲਾ ਗਰਕਿਆ ਤੇ ਅੱਗ ਭਾਈ ਥੋੜੇ ਨੂੰ অপারেশন অপারেশন ਹੋਇਆ ਮਰਤ ਲਈ ਸੀ ਹਾਂ 1.5 ਮਹੀਨਾ ਪਿੱਛੇ ਬਾਤ ਹੋਈ ਦੀ ਭਾਈ ਅੱਛਾ ਜੋ ਟੋਟਲ ਤਾਂ ਅਸੀਂ ਪਹੁੰਚੇ تھے ਕਿਤਨੇ ਵਾਪਿਸ ਆ ਗਏ ਕਿਤਨੇ ਉਹੜਾ ਪੱਕੇ ਹੋ ਗਏ ਭਈਆ ਉਸ ਉਸ ਵਿੱਚ ਸਿਰਫ ਦੋ ਹੀ ਆਏ ਦਮ 175 ਕੇ ਕਰੀਬ ਦਾ ਹਾਜ਼ਰਤਾ ਜੋ ਮੇਰੇ ਗੇਲ ਕੇ ਦੋ ਹੀ ਆਈ ਥੀ ਅੱਛਾ ਮਤਲਬ ਵਾਪਿਸ ਆ ਗਏ ਤੇ ਅੱਛਾ ਬਹੁਤ ਸਾਰੇ ਨੂੰ ਕਹਵਾ ਮੈਂ ਭੂਖ ਹੜਤਾਲ ਤੇ ਬੈਠ ਜੋ ਵਕੀਲ ਸੀ ਸੀ ਸਲਾਹ ਦੇਵੇ ਕਰ ਭੂਖ ਹੜਤਾਲ ਤੇ ਬੈਠੇ ਰਹਿ ਤਾਂ ਨਹੀਂ ਭਈ ਆਮ ਤੋਂ ਬੈਠੇ ਨਹੀਂ ਮਰਦਾ ਪਹਿਲਾ ਜੁਣ ਸੀ ਜੇਲ੍ਹ ਕੀਤੀ ਉਸकी ਕੋਈ ਪ੍ਰੋਸੈਸ ਨਹੀਂ ਥੀ ਅੱਛਾ ਉਸ ਮੈਂ ਇਧਰ ਕੈਲੀਫੋਰਨੀਆ ਕਾ ਨਹੀਂ ਭਾਈ ਇਹ ਡਾਲ ਦਿਨ ਕੇ 30 ਵੀ ਕਾਟ ਦੇ 25 ਵੀ ਕਾਟ ਦਿੰਦੇ ਅੱਛਾ ਅਰ ਮਾਰੇ ਕਾ ਨਹੀਂ ਸਾਲ ਮੇ 12 ਕਾਟੇ 12 ਮਤ ਹੈ ਚਾਰ ਭੂਖ ਹੜਤਾਲ ਗਏ ਥੇ ਅੱਛਾ ਪਾਈਪ ਲੱਗੀ ਦੀ ਉਹਨਾਂ ਨੇ ਪਾਈਪ ਗਿਲਾ ਖਾਣਾ ਗਾਇਆ ਤਾਂ ਉਹਨਾਂ ਨੇ ਅਜੀਬ ਜੈਕਟ ਦੇ ਦੇ ਮੈਂ ਅੱਛਾ ਤੋਂ ਇਹ ਦੁਬਾਰਾ ਵਾਪਸੀ ਮੌਕਾ ਮਿਲਿਆ ਜਨਕਾ ਨਹੀਂ ਨਾ ਭਾਈ ਕੋਈ ਮੌਕਾ ਨਹੀਂ ਮਿਲਦਾ ਭਾਈ ਵੇਚ ਦਿਆ ਭਾਈ ਤੋ ਅੱਛਾ ਭਾਈ ਇੱਕ ਨੰਬਰ ਮਂ ਗਿਆ ਉਹ ਵੀ ਦੋ ਨੰਬਰ ਮਂ ਗਿਆ ਭਾਈ ਦੋਏ ਨੰਬਰ ਮਂ ਗਿਆ ਅੱਛਾ ਇਹ ਨਿਊ ਸੁਣੀ ਹੈ ਮਨਾ ਬਾਈਕ ਬੁਈ ਕਿਸ ਵੀਦ ਹੋ ਗਈ ਭਾਈ ਬਹੁਤ ਸਾਰੇ ਨੇ ਕੋਇਆ ਹੈ ਜੰਗਲ ਮੈਂ ਬਾਈਕ ਬੁਈ ਪੇ ਬਿਗ ਜਾਇ ਹੈ ਤੋ ਨਾ ਭਾਈ ਕੋਈ ਬਾਈਕ ਕਿਸ ਵੀਦ ਨਹੀਂ ਹੋਈ ਬਸ ਵਾਈ ਬੋਟ ਹੈ ਜਿਤਨੀ ਅੱਗੇ ਬੋਟ ਤੈਰ ਦੇਗੀ ਉਨਾ ਜੰਗਲ ਕਟ ਜਾ ਬਸ ਅੱਛਾ ਹਾਂ ਜਿਤਨਾ ਜ਼ਿਆਦਾ ਬੋਟ ਚੱਲ ਲਗੀ ਉਨਾ ਜੰਗਲ ਕਟਾ ਲਾ ਬਸ ਅੱਛਾ ਭਾਈ ਬਹੁਤ ਸਾਰੇ ਵੀਲੋਗ ਨਿਊ ਚਾਹੋ ਭਾਈ ਮੈਂ ਵੀ ਵਿਦੇਸ਼ ਮੈਂ ਜਾਉ ਮੈਂ ਵੀ ਵਿਦੇਸ਼ ਮੈਂ ਜਾਉ ਕਿਸੇ ਜਾਣਾ ਚਾਹੀਏ ਨਾ ਜਾਣਾ ਚਾਹੀਏ ਇੱਕ ਨੰਬਰ ਮੈਂ ਜਾਣਾ ਚਾਹੀਏ ਦੋ ਨੰਬਰ ਮੈਂ ਜਾਣਾ ਚਾਹੀਏ ਬਈ ਜਾਣਾ ਤਾਂ ਚਾਹੀਏ ਫਿਰ ਇਹ ਜਮਾ ਡੋਂਕੀ ਵਾਲਾ ਤਾਂ ਲਾਸਟ ਰਹਾ ਬਈ ਅੱਛਾ ਹਾਂ ਮੀਡਲ ਕਲਾਸ ਆਦਮੀ ਨਾਲ ਨੌਕਰੀ ਨਹੀਂ ਮਿਲਦੀ ਹੂੰ ਇਹ ਕੀ ਕਰ ਆਦਮੀ ਜਾਓ ਤੋ ਫਿਰ ਬੜੀ ਏਜੰਟ ਹੋ ਜੁਣ ਜਾ ਪੁਰਾਣਾ ਹੋ ਬੜੀਆ ਚਾਹ ਲਿਓ ਵਿਸ਼ਵਾਸ ਹੋ ਬਸ ਇਹ ਹੈ ਬਈ ਅੱਛਾ ਟੋਟਲ ਖਰਚਾ ਕਿਤਨਾ ਆਏਗਾ ਤਾਂ ਨਹੀਂ ਉਹ ਵੀ ਸੁਣੀ ਹੋੜਾ ਹੈ ਅਗ 1 ਲੱਖ ਰੁਪਏ ਤੋਂ ਕਮ ਤੱਕ ਮੈਂ ਇੱਕ ਪੇਸ਼ੀ ਗੱਲ ਲੈ ਕੇ ਜਾ ਖਰਚਾ ਜਾ ਵਕੀਲ ਤੇ ਦੇਣ ਕਰਤਾ ਨਭਈ ਸੋ ਕੁਝ ਨਹੀਂ ਤਾਂ ਪੇਸੀ ਇੱਕ ਲੱਗ ਗਈ ਇਤਨਾ ਨਹੀਂ ਲਿਖੜਦੇ ਉਦੋਂ ਬਾਅਦ ਕੀ ਬਾਤ ਹੋ ਜਾਏ ਕਿਤਨੇ ਲੱਗ ਰਿਖਤਨੇ ਨਹੀਂ ਬਹਿਰ ਲਿਖੜਾ ਮੇਰੇ ਆ ਗਿਆ ਤਾਂ ਭਾਈ 26 ਕੇ ਕਰੀਬ ਆ ਗਿਆ 13 ਮੰਗਾ ਤਾਂ 13 ਹੀ ਉੱਪਰ ਲੱਗ ਗਏ ਅੱਛਾ 611 ਮਹੀਨਾਮ ਤੇ ਇਹ ਬੂਰਾ ਕੇ ਕੇ ਕੰਮ ਦੰਦਾ ਛੇੜ ਰਿਹਾ ਬਾਈ ਹਸਪਤਾਲ ਮਾਂ ਹਾਂ ਡਾਕਟਰ ਕੇ ਅਸਿਸਟੈਂਟ ਹਾਂ ਅੱਛਾ ਅੱਛਾ ਹਾਂ ਬਈ ਆਪਣਾ ਭਾਈ ਦੂਰ ਪਹੁੰਚ ਲਿਆ ਕੇ ਕੰਮਦੰਦਾ ਛੇੜਿਆ ਬਾਈ ਬੇ ਮੈਕਸੀਕੋ ਹੈ ਬਾਈ ਇਹ ਪੰਜ ਚਾਰ ਦਿਨ ਮਕੂਜ਼ ਲਗਾ ਮਤਲਬ ਵੀ ਫਿਲਹਾਲ ਦਾ ਟਾਈਮ ਮੇ ਇਤਨੀ ਦਿੱਕਤ ਕੋ ਨਹੀਂ ਆਂਦੀ ਨਹੀਂ ਇਤਨੀ ਦਿੱਕਤ ਕੋ ਨਹੀਂ ਬਾਈ ਬੋਟ ਬੋਤ ਅੱਗੇ ਨਹੀਂ ਜਾਓ ਅਹੀ ਅੱਛਾ ਤੂੰ ਘਰ ਕੁਣਸਾ ਦਨ ਹੈਗੇ ਤੇ ਕੁਣਸਾ ਸਨ ਮੈਗੇ ਤੇ ਹਾਂ ਬਾਈ 20 ਮਈ ਦੇ ਕੋਰੋਨਾ ਦੇ 10 ਦਿਨ ਪਹਿਲਾਂ ਆਏ ਤੇ ਬਾਈ ਅੱਛਾ ਹਾਂ ਤੋ ਭਾਈ ਕੇ ਆਪਣਾ ਭਾਈ ਵਿਚਾਰ ਜਾਣੇ ਔਰ ਜੋ ਆਪਣੇ ਵਿਚਾਰ ਹੈ ਉਹ ਨੀ ਚੱਕਮੈਂਟ ਬਾਕਸ ਮੇਂ ਜ਼ਰੂਰ ਦੇਨੇ ਹੈ ਵੀਡੀਓ ਕੋ ਜਿਆਦਾ ਸੇ ਜਿਆਦਾ ਸ਼ੇਅਰ ਕਰਿਓ ਭਾਈ ਮਿਲਤੇ ਹਾਂ ਕਿਸੇ ਨੈਕਸਟ ਵੀਡੀਓ ਮੇਂ ਤਬ ਤੱਕ ਲਈ ਜਾਈਂ ਜੀ